ਮਾਪੇ ਕਿਉਂ ਲਾਜ਼ਮੀ ਹੈ, ਕਿੰਨੇ ਲਾਜ਼ਮੀ ਨੇ ਬਜ਼ੁਰਗ ਸਾਡੇ ਘਰਾਂ ਦੇ ਵਿੱਚ ਦਾਦੇ ਹੁੰਦੇ ਆ, ਉਹ ਸਾਡੇ ਮਾਂ ਬਾਪ ਦੇ ਜਿਹੜੇ ਮਾਂ ਬਾਪ ਹੁੰਦੇ ਆ ਕਹਿੰਦੇ ਹੁੰਦੇ ਕਿ ਉਹ ਤਾਂ ਤੇਰੇ ਵੀ ਪਿਓ ਦਾ ਪਿਓ ਹੈ, ਇਸ ਕਰਕੇ ਉਹਨਾਂ ਦੀ ਸਾਂਭ ਸੰਭਾਲ ਵੀ ਬਹੁਤ ਲਾਜ਼ਮੀ ਹੁੰਦੀ ਹੈ। ਵੈਦ ਵੀ ਕੇ ਸਿੰਘ ਹੋਰੇ ਆਪਣੇ ਨਾਲ ਸ਼ਾਮਲ ਨੇ, ਆਪਾਂ ਇਹਨਾਂ ਦੇ ਨਾਲ ਅੱਜ ਇਸੇ ਵਿਸ਼ੇ ਤੇ ਗੱਲ ਕਰਨੀ ਹੈ, ਬਜ਼ੁਰਗ ਉਹਨਾਂ ਦੀਆਂ ਸਮੱਸਿਆਵਾਂ ਕੀ ਹੋ ਸਕਦੀਆਂ, ਸਾਂਭ ਸੰਭਾਲ ਕਿਵੇਂ ਕਰੀਏ, ਕਿਉਂਕਿ ਬਜ਼ੁਰਗ ਵੀ ਤਾਂ ਬੱਚਿਆਂ ਵਰਗੇ ਹੋ ਜਾਂਦੇ। ਵੈਦ ਜੀ ਸਵਾਗਤ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਠੀਕ ਹੋ? ਹਾਂ ਜੀ ਬਿਲਕੁਲ ਠੀਕ ਹੈ ਜੀ। ਜਿੰਨੇ ਵੀ ਚੈਨਲ ਦੇ, ਹਾਂਜੀ ਮੈਂ ਪਹਿਲਾ ਬੰਦਾ ਜਿਹੜਾ ਡਾਕਟਰਾਂ ਨੂੰ ਵੀ ਹਾਲ ਪੁੱਛਦਾ ਵੀ ਤੁਸੀਂ ਠੀਕ ਹੋ। ਠੀਕ ਹੈ ਜੀ, ਹਾਲ ਚਾਲ ਸਭ ਦਾ ਪੁੱਛਣਾ ਚਾਹੀਦਾ, ਜ਼ਰੂਰ ਪੁੱਛਣਾ ਚਾਹੀਦਾ ਜੀ ਜੀ। ਤੇ ਜਿੰਨੇ ਵੀ ਅੱਜ ਚੈਨਲ ਪ੍ਰਦੇਸ਼ੀ ਦੇ ਸਰੋਤੇ ਜੁੜੇ ਨੇ, ਸਭ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਬਹੁਤ ਧੰਨਵਾਦ, ਸਤਿ ਸ੍ਰੀ ਅਕਾਲ ਜੀ। ਤੇ ਅਗਲੀ ਗੱਲ ਆਪਾਂ ਕਰੀਏ, ਸਿਹਤ ਬਹੁਤ ਲਾਜ਼ਮੀ ਹੈ ਜਿਵੇਂ ਆਪਾਂ ਗੱਲ ਕਰਦੇ ਹਾਂ, ਤੁਸੀਂ ਹਮੇਸ਼ਾ ਹੀ ਸਾਡੇ ਨਾਲ ਜੁੜਦੇ ਹੋ, ਔਰ ਮੈਂ ਲਾਈਵ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਕਿ ਸਾਡੀ ਫੈਮਿਲੀ ਦੇ ਵਿੱਚ ਇੱਕ ਪ੍ਰੋਬਲਮ ਆਈ ਸੀ ਤੇ ਸਾਨੂੰ ਇਰਾਦਾ ਸੀ ਕਿ ਸੈਕੈਟ੍ਰਿਕ ਕੋਲ ਜਾਣਾ ਪਊ, ਤੁਸੀਂ ਕਿਹਾ ਵਿਟਾਮਿਨ ਡੀ ਘਟਿਆ ਹੋ ਸਕਦਾ ਮਸਲਾ ਹੱਲ। ਤੇ ਸੱਚੀ ਗੱਲ ਹੈ ਦੋਸਤੋ ਕਿ ਸਾਨੂੰ ਇਹ ਲੱਗਦਾ ਸੀ ਕਿ ਸ਼ਾਇਦ ਇਹ ਮਨੋਰੋਗ ਨਾ ਹੋ ਗਿਆ ਹੋਵੇ, ਸੀਗੀ ਵਿਟਾਮਿਨ ਡੀ ਦੀ ਡੈਫਸੈਂਸੀ ਘਾਟ ਉਹਦੀ। ਉਹ ਦੂਰ ਕਰਨ ਦੇ ਵਾਸਤੇ ਫਾਰਮੂਲੇ ਬਹੁਤ ਨੇ, ਪਰ ਰੋਗ ਡਿਟੈਕਟ ਕਰਨਾ ਸਭ ਤੋਂ ਲਾਜ਼ਮੀ ਹੁੰਦਾ, ਡਾਇਗਨੋਸ ਕਰਨਾ, ਉਹ ਵੈਦ ਜੀ ਨੇ ਕਰਿਆ। ਤੇ ਗੱਲ ਅੱਜ ਬਜ਼ੁਰਗਾਂ ਦੀ ਕਰਦੇ ਹਾਂ। ਬਜ਼ੁਰਗ ਜ਼ਿੰਦਗੀ ਦੇ ਵਿੱਚ ਅਹਿਮ ਰੋਲ ਅਦਾ ਕਰਦੇ ਆ, ਪਰ ਕਦੇ ਕਦੇ ਇਹ ਵੀ ਹੁੰਦਾ ਕਿ ਅਸੀਂ ਉਹਨਾਂ ਨੂੰ ਘਰ ਦੇ ਫਾਲਤੂ ਸਮਾਨ ਵਾਂਗੂ, ਪਿੰਡਾਂ ਦੇ ਵਿੱਚ ਤੂੜੀ ਵਾਲੇ ਕੋਠੇ ਤੇ ਕੋਠੀਆਂ ਵਾਲਿਆਂ ਦੇ ਵੀ ਪਾਸੇ ਤੇ ਜ਼ਿਆਦਾਤਰ ਘਰਾਂ ਚ ਇਹੋ ਜਿਹਾ ਮਾਹੌਲ ਹੁੰਦਾ, ਬਜ਼ੁਰਗ ਉੱਥੇ ਚੱਲ ਜਾਂਦੇ ਆ। ਵੈਦ ਜੀ ਗਾਹਾਂ ਵੀ ਗੱਲ ਚੱਲਦੀ ਹੈ ਕਿ ਜੀ ਓਲਡ ਏਜ ਹੋਮ ਬਣਨ ਲੱਗੇ, ਜਿਹੜੇ ਸਾਡੇ ਕਲਚਰ ਦਾ ਕਦੇ ਹਿੱਸਾ ਹੀ ਨਹੀਂ ਰਹੇ। ਬਿਲਕੁਲ ਜੀ ਬਿਲਕੁਲ। ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਸਾਰੀ ਕਥਾ ਦੇ ਉੱਤੇ ਜਿਹੜੀ ਸਥਿਤੀ ਚੱਲ ਰਹੀ ਹੈ? ਦੇਖੋ ਸਰ, ਜਦੋਂ ਆਪਾਂ ਲਾਈਵ ਹੋਣ ਲੱਗੇ ਹਾਂ ਤੇ ਮੇਰੀ ਇੱਕੋ ਇੱਛਾ ਹੁੰਦੀ ਹੈ, ਆਪਾਂ ਸਾਰੇ ਵਿਸ਼ਿਆਂ ਤੇ, ਸਾਰੇ ਜੜੀ ਬੂਟੀਆਂ ਤੇ, ਸਾਰੀ ਬਿਮਾਰੀਆਂ ਤੇ, ਬੱਚੇ ਆਪਣੇ ਬਜ਼ੁਰਗ ਤੇ ਲੇਡੀਜ਼ ਬਾਰੇ, ਸਾਰੇ ਬਾਰੇ ਆਪਾਂ ਗੱਲ ਕਰੀਏ ਵਾਰੀ ਵਾਰੀ ਜੀ। ਦੇਖੋ ਜਵਾਨੀ ਵਿੱਚ ਬੰਦਾ ਜਦੋਂ ਹਮੇਸ਼ਾ ਐਕਟਿਵ ਰਹਿੰਦਾ, ਸਭ ਨੂੰ ਪਤਾ ਹੀ ਆ ਜੀ, ਪਰ ਜਦੋਂ 40 ਤੋਂ ਪਲੱਸ ਹੁੰਦਾ ਤਾਂ ਅਕਸਰ ਕੋਈ ਨਾ ਕੋਈ ਬਿਮਾਰੀ ਛੋਟੀ ਬੜੀ ਘੇਰਾ ਪਾ ਹੀ ਲੈਂਦੀ ਹੈ, ਕਿਉਂਕਿ ਜਵਾਨੀ ਦਾ ਜਿਹੜਾ ਸਟੈਪ ਆ ਤੰਦਰੁਸਤ ਰਹਿੰਦਾ, ਜਦੋਂ ਬੁਢਾਪਾ ਹੁੰਦਾ 40 ਪਲੱਸ ਹੁੰਦਾ ਤਾਂ ਬਿਮਾਰੀ ਕੋਈ ਨਾ ਕੋਈ ਸ਼ੁਰੂ ਹੋ ਜਾਂਦੀ ਜੀ। ਦੇਖੋ ਕਿਉਂਕਿ ਸਭ ਨੂੰ ਪਤਾ ਵੀ ਜਵਾਨੀ ਤੋਂ ਅਗਲਾ ਸਟੈਪ ਬੁਢਾਪਾ ਹੈ ਜੀ, ਇਸ ਵਿੱਚ ਆਪਣੀ ਕੇਅਰ ਨਾ ਕੀਤੀ ਜਾਵੇ ਤਾਂ ਲਾਜ਼ਮੀ ਆ ਵੀ ਕਿਸੇ ਨਾ ਕਿਸੇ ਰੋਗ ਨੇ ਘੇਰਾ ਪਾਉਣਾ ਹੀ ਪਾਉਣਾ। ਸਹੀ। ਤੇ ਅੱਜ ਕੱਲ ਐਵਰੇਜ ਦੇਖਿਆ ਗਿਆ ਕਿ ਜਦੋਂ ਬੁਢਾਪੇ ਵਿੱਚ ਹਾਈ ਬਲੱਡ ਪ੍ਰੈਸ਼ਰ, ਬੀਪੀ ਵਧਣਾ, ਸ਼ੂਗਰ, ਜੋੜਾਂ ਦਾ ਦਰਦ, ਹੱਥਾਂ ਪੈਰਾਂ ਦਾ ਆਪਣੇ ਆਪ ਕੰਬਣਾ ਜਾਂ ਸਿਰ ਹਿੱਲਣਾ, ਕਦੇ ਹੱਥ ਪੈਰ ਕੰਬਣੇ, ਜਾਂ ਦਿਲ ਦੀਆਂ ਬਿਮਾਰੀਆਂ, ਜਾਂ ਵਧੂਦ ਵੱਧ ਜਾਣਾ, ਇਹ ਬਜ਼ੁਰਗਾਂ ਦੀਆਂ ਆਮ ਹੀ ਸਮੱਸਿਆਵਾਂ ਹਨ ਜੀ ਜੀ, ਜਿਨ੍ਹਾਂ ਕਰਕੇ ਅਕਸਰ ਬਜ਼ੁਰਗ ਬਹੁਤ ਕਸ਼ਟ ਝੱਲਦੇ ਜੀ, ਬਹੁਤ ਪ੍ਰੋਬਲਮ ਚ ਰਹਿੰਦੇ ਨੇ। ਦੇਖੋ ਕਈ ਬਿਮਾਰੀਆਂ ਸਰ ਇਹੋ ਜਿਹੀਆਂ ਜਿਨ੍ਹਾਂ ਦੀ, ਜਿਨ੍ਹਾਂ ਦਾ ਪਰਮਾਨੈਂਟ ਜਿਹਨੂੰ ਕਹਿੰਦੇ ਪੱਕਾ ਇਲਾਜ ਨਹੀਂ ਹੁੰਦਾ ਜੀ, ਪਰ ਇਹ ਗੱਲ ਦਾਅਵੇ ਨਾਲ ਕਹੀ ਜਾ ਸਕਦੀ ਹੈ ਕਿ ਇਹਨਾਂ ਬਿਮਾਰੀਆਂ ਦੀ ਰੋਕਥਾਮ ਬਹੁਤ ਹੱਦ ਤੱਕ ਹੋ ਜਾਂਦੀ ਹੈ ਜੀ, ਬਹੁਤ ਹੱਦ ਤੱਕ ਇਹਨਾਂ ਦੀ ਰੋਕਥਾਮ ਕੀਤੀ ਜਾਂਦੀ ਹੈ। ਲਾਜ਼ਮੀ ਹੈ ਕਿ ਆਪਣੇ ਬਜ਼ੁਰਗਾਂ ਨੂੰ ਜਿਹੜਾ ਖਾਣ ਪੀਣ ਦਾ ਸਿਸਟਮ ਉਹ ਬਿਲਕੁਲ ਸਹੀ ਰੱਖਣਾ ਪੈਣਾ, ਤੇ ਕੁਛ ਨਾ ਕੁਛ ਮਤਲਬ ਜਿਹੜਾ ਆਯੁਰਵੈਦਿਕ ਦਵਾਈਆਂ ਦਾ ਇਸਤੇਮਾਲ ਸਬਰ ਨਾਲ ਕਰਨਾ ਚਾਹੀਦਾ ਜੀ। ਦੇਖੋ ਬਚਪਨ, ਜਵਾਨੀ ਤੇ ਬੁਢਾਪਾ ਇਹ ਤਿੰਨ ਸਟੈਪ ਨੇ ਜੀ, ਤੇ ਹਰੇਕ ਬੰਦੇ ਨੂੰ ਆਪਣੀ ਜ਼ਿੰਦਗੀ ਚ ਹੰਢਾਉਣੇ ਪੈਂਦੇ ਜੀ, ਇਹ ਸਹੀ ਹੈ ਜੀ। ਬਚਪਨ ਚ ਤਾਂ ਦੇਖੋ ਮਾਂ ਬਾਪ ਦੇਖਭਾਲ ਕਰ ਦਿੰਦੇ ਬੱਚੇ ਦੀ, ਜਵਾਨੀ ਆਉਂਦੀ ਹੈ ਤਾਂ ਆਪਣੀ ਦੇਖਭਾਲ ਆਪ ਕਰਨ ਜੋਗੇ ਹੁੰਦੇ ਆਪਾਂ, ਪਰ ਜਦੋਂ ਬੁਢਾਪਾ ਆਉਂਦਾ ਤਾਂ ਜੀ ਉਹਦੇ ਵਿੱਚ ਸਟੈਪ ਹੁੰਦਾ ਹੈ ਬੁਢਾਪੇ ਵਾਲਾ, ਵੀ ਉੱਥੇ ਪੁੱਤ ਧੀਆਂ ਨੂੰ ਮਾਂ ਬਾਪ ਦੀ ਦੇਖਭਾਲ ਕਰਨੀ ਚਾਹੀਦੀ ਹੈ ਜੀ। ਦੇਖੋ ਮਾਂ ਬਾਪ ਨੂੰ ਪੂਰਾ ਸਮਾਂ ਦੇਣਾ ਚਾਹੀਦਾ ਜਦੋਂ ਬੁਢਾਪਾ ਹੁੰਦਾ ਜੀ, ਪੂਰਾ ਮਾਂ ਬਾਪ ਨੂੰ ਸਮਾਂ ਦੇਣਾ ਚਾਹੀਦਾ, ਉਹਨਾਂ ਦੀ ਹਰੇਕ ਜ਼ਰੂਰਤ ਪੂਰੀ ਕਰਨੀ ਚਾਹੀਦੀ ਜੀ, ਕਿ ਉਹਨਾਂ ਦੀ ਸਿਹਤ ਜੇ ਆਪਾਂ ਦੇਖਭਾਲ ਸਹੀ ਤਰੀਕੇ ਨਾਲ ਕਰਾਂਗੇ, ਇਮਾਨਦਾਰੀ ਨਾਲ ਕਰਾਂਗੇ, ਸੇਵਾ ਭਾਵਨਾ ਨਾਲ ਕਰਾਂਗੇ, ਤਾਂ ਇਹਨਾਂ ਦਾ ਅਸਰ ਆਪਣੇ ਬੱਚਿਆਂ ਪਰ ਪੈਣਾ ਜੀ। ਬੱਚੇ ਸਭ ਕੁਝ ਦੇਖਦੇ ਆ, ਜਦੋਂ ਬੱਚੇ ਆਪਾਂ ਬਜ਼ੁਰਗ ਦੀ ਸੇਵਾ ਕਰਾਂਗੇ ਤਾਂ ਉਹ ਬੱਚੇ ਦੇ ਮਾਇੰਡ ਚ ਜਾਂਦਾ ਵੀ ਹਾਂ ਸਾਡੇ ਦਾਦਾ ਨਾਨੀ ਜੋ ਵੀ ਹੈਗੀ ਆ ਉਹਨਾਂ ਦੀ ਕੇਅਰ ਹੋ ਰਹੀ ਹੈ ਜੀ। ਹੁਣ ਦੇਖੋ ਜਦ ਕੋਈ ਘਰ ਚ ਜਿਹੜਾ ਮਾਹੌਲ ਹੁੰਦਾ ਉਹੀ ਨਿਆਣੇ ਅਸੈਪਟ ਕਰਦੇ ਨੇ ਜੀ, ਤੁਸੀਂ ਬਜ਼ੁਰਗਾਂ ਦੀ ਕੇਅਰ ਕਰੋਗੇ ਤਾਂ ਬੱਚਿਆਂ ਨੇ ਵੀ ਉਹੀ ਫਾਲੋ ਕਰਨਾ ਹੈ
ਬਿਲਕੁਲ ਠੀਕ ਹੈ ਜੀ। ਤੇ ਜ਼ਰੂਰੀ ਹੈ ਵੀ ਆਪਾਂ ਨੂੰ ਹਰੇਕ ਨੂੰ ਆਪਣੇ ਮਾਂ ਬਾਪ ਦੀ ਮਤਲਬ ਬੁਢਾਪੇ ਵਿਚ ਸੇਵਾ ਕਰਨੀ ਚਾਹੀਦੀ ਤੇ ਕੇਅਰ ਕਰਨੀ ਚਾਹੀਦੀ ਜੀ। ਠੀਕ ਹੈ ਜੀ। ਹੁਣ ਦੇਖੋ ਬਜ਼ੁਰਗ ਤਾਂ ਸਭ ਨੇ ਹੋਣਾ, ਸਮੇਂ ਦਾ ਚੱਕਰ ਆ ਸਰ, ਚੱਲਦਾ ਜਾਣਾ ਚੱਲਦਾ ਜਾਣਾ ਤੇ ਬਾਰੀ ਸਭ ਦੀ ਆਉਣੀ ਆ। ਪਰ ਬੜੇ ਦੁੱਖ ਨਾਲ ਕਈ ਜਗ੍ਹਾ ਇਹ ਦੇਖੀ ਜਾਂਦੀ ਵੀ ਜਿਹੜੇ ਨਿਕੰਮੇ ਪੁੱਤ ਉਹ ਹੁੰਦੇ ਆ ਉਹ ਮਾਂ ਬਾਪੇ ਨੂੰ ਇਹੋ ਜਿਹੇ ਬੇਸਹਾਰਾ ਛੱਡ ਦਿੰਦੇ ਜਿਹਨਾਂ ਨੂੰ ਜਿਵੇਂ ਬਿਰਧ ਆਸ਼ਰਮ ਨੂੰ ਸੁੱਟ ਦਿੰਦੇ ਆ ਜਾਂ ਉਹਨਾਂ ਦੀ ਕੇਅਰ ਨੀ ਕਰਨੀ ਤੇ ਉੱਥੇ ਕੀ ਹੁੰਦਾ ਮਾਂ ਬਾਪ ਠੋਕਰਾ ਖਾ ਖਾ ਕੇ ਬੇਸਹਾਰਾ ਤੇ ਲਾਚਾਰ ਹੋ ਜਾਂਦੇ ਜੀ। ਸਹੀ। ਤੇ ਬੁਢਾਪੇ ਵਿਚ ਆ ਕੇ ਨਰਕ ਵਾਲੀ ਜ਼ਿੰਦਗੀ ਭੋਗ ਕੇ ਦਮ ਤੋੜ ਦਿੰਦੇ। ਕਈ ਜਗ੍ਹਾ ਐਵੇਂ ਹੁੰਦੇ ਵੀ ਮਾਂ ਬਾਪ ਦੀ ਕੇਅਰ ਨੀ ਹੁੰਦੀ ਤੇ ਮਾਂ ਬਾਪ ਦੁਨੀਆਂ ਦੇ ਰੱਬ ਨੂੰ ਪਿਆਰੇ ਹੋ ਜਾਂਦੀ ਜੀ। ਹੁਣ ਜਿਹੜੇ ਮੇਰੇ ਵੀਰ ਭਾਈ ਸੁਣਦੇ ਆ ਜਿਨ੍ਹਾਂ ਦੇ ਬਜ਼ੁਰਗ ਹੈ ਉਹਨਾਂ ਜ਼ਰੂਰੀ ਹੈ ਜੀ ਵੀ ਦੇਖੋ ਜਿਹੋ ਜਿਹਾ ਤੁਸੀਂ ਬੀਜੋਗੇ ਉਹੋ ਜਿਹਾ ਤੁਸੀਂ ਪਾਉਣਾ। ਬਜ਼ੁਰਗ ਤੁਸੀਂ ਵੀ ਹੋਣਾ, ਫਿਰ ਆਪਾਂ ਨੂੰ ਪੂਰੀ ਬਜ਼ੁਰਗਾਂ ਦੀ ਦੇਖਭਾਲ ਕਰਨੀ ਚਾਹੀਦੀ, ਕੇਅਰ ਕਰਨੀ ਚਾਹੀਦੀ ਹੈ। ਤੇ ਜਿਹੜੇ ਬਜ਼ੁਰਗ ਹੈਗੇ ਉਹਨਾਂ ਦਾ ਪੂਰਾ ਸਨਮਾਨ ਤੇ ਪੂਰਾ ਉਹਨਾਂ ਨੂੰ ਆਪਾਂ ਨੂੰ ਪੂਰਾ ਰਿਸਪੈਕਟ ਦੇਣੀ ਚਾਹੀਦੀ ਹੈ। ਦੇਖੋ ਧਾਰਮਿਕ ਸਥਾਨ ਪੂਜਣ ਦਾ ਕੋਈ ਫਾਇਦਾ ਨੀ ਜਦੋਂ ਤੱਕ ਆਪਾਂ ਮਾਂ ਬਾਪ ਨੂੰ ਰੱਬ ਦੀ ਥਾਂ ਨਹੀਂ ਰੱਖ ਕੇ ਪੂਜਦੇ। ਠੀਕ ਹੈ ਜੀ। ਤੇ ਆਪਣੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਆਪਾਂ ਮਾਂ ਬਾਪ ਨੂੰ ਸਾਂਭੀਏ ਤੇ ਉਹਨਾਂ ਦੀ ਕੇਅਰ ਕਰੀਏ। ਦੇਖੋ ਬਜ਼ੁਰਗਾਂ ਨਾਲੋਂ ਜਦੋਂ ਬਜ਼ੁਰਗ ਬੰਦਾ ਹੁੰਦਾ ਹੈ ਤਾਂ ਉੱਥੇ ਮੇਨ ਕੀ ਹੁੰਦਾ ਜੀ, ਖੁਰਾਕ ਜਿਹੜੀ ਆਪਾਂ ਬਜ਼ੁਰਗਾਂ ਨੂੰ ਦੇਣੀ ਹੈ ਉਹ ਬਿਲਕੁਲ ਡਾਇਟ ਪ੍ਰੋਪਰ ਹੋਣੀ ਚਾਹੀਦੀ, ਹੈਲਦੀ। ਠੀਕ ਹੈ ਜੀ। ਤੇ ਜੇ ਤੁਸੀਂ ਹੈਲਦੀ ਖੁਰਾਕ ਪ੍ਰੋਪਰ ਬਜ਼ੁਰਗਾਂ ਦੀ ਹੈਲਥੀ ਖੁਰਾਕ ਰੱਖੋਗੇ ਤਾਂ ਬਹੁਤ ਹੱਦ ਤੱਕ ਜੀ ਬਜ਼ੁਰਗ ਆਉਣ ਵਾਲੀਆਂ ਭੈਣਕ ਬਿਮਾਰੀਆਂ ਤੋਂ ਬਚੇ ਰਹਿੰਦੇ ਜੀ। ਹੁਣ ਦੇਖੋ ਜਦੋਂ ਜੋ ਵੀ ਰੋਗ ਹੁੰਦਾ ਉਹਦੀ ਆਪਾਂ ਨੇ ਕੀ ਖਾਣਾ ਪੀਣਾ, ਉਹਦਾ ਕੀ ਹੱਲ ਹੋਣਾ। ਠੀਕ ਹੈ ਜੀ। ਇਹ ਆਪਾਂ ਨੂੰ ਬਹੁਤ ਜ਼ਰੂਰੀ ਹੋ ਜਾਂਦਾ ਵੀ ਆਪਾਂ ਨੇ ਕਿਵੇਂ ਬਜ਼ੁਰਗਾਂ ਦੀ ਦੇਖਭਾਲ ਕਰਨੀ ਹੈ ਤੇ ਕਿਵੇਂ ਉਹਨਾਂ ਨੂੰ ਖਾਣ ਪੀਣਾ ਦੇਣਾ ਤੇ ਕਿਵੇਂ ਉਹਨਾਂ ਨੂੰ ਦਵਾਈਆਂ ਦੀ ਵਰਤੋਂ ਕਰਾਉਣੀ। ਸਹੀ ਗੱਲ। ਦੇਖੋ ਕਈ ਕੁਦਰਤੀ ਸਰ ਪ੍ਰੋਪਰ ਬਹੁਤ ਆਯੁਰਵੇਦਿਕ ਕੁਦਰਤੀ ਚੀਜ਼ਾਂ ਜੀ ਆਪਾਂ ਪਹਿਲਾਂ ਹੀ ਉਹ ਜਵਾਨੀ ਵੇਲੇ ਉਹਨਾਂ ਨੂੰ ਆਪਾਂ ਖਾਵਾਂਗੇ ਨਾ। ਮੈਂ ਵਾਰੀ ਵਾਰੀ ਕਈ ਜਿਹੜੇ ਬੂਟੀ ਨਾਲ ਜ਼ਿਕਰ ਕੀਤਾ ਤੇ ਕਈ ਨੁਸਖਿਆਂ ਦਾ ਜ਼ਿਕਰ ਕੀਤਾ। ਜੇ ਆਪਾਂ ਪਹਿਲਾਂ ਹੀ ਮਤਲਬ ਜਿਹਨੂੰ ਕਹਿੰਦੇ ਜਵਾਨੀ ਵਿੱਚ ਆਪਾਂ ਖਾਵਾਂਗੇ ਤਾਂ ਬੁਢਾਪੇ ਵਿੱਚ ਆਪਾਂ ਨੂੰ 100% ਕਈ ਪ੍ਰੋਬਲਮਾਂ ਤੋਂ ਰਾਹਤ ਮਿਲੂਗੀ ਜੀ। ਦੇਖੋ ਕਈ ਤੁਸੀਂ ਦੇਖਣਾ ਵੀ ਪਹਿਲਾਂ ਹੀ ਆਪਣੀ ਜਵਾਨੀ ਚ ਨਸ਼ੇ ਨੂੰ ਲਾ ਲੈਂਦੇ ਤੇ ਨਸ਼ੇ ਦਾ ਐਂਡ ਕੀ ਹੋਣਾ, ਮਾੜਾ ਹੀ ਹੋਣਾ ਜੀ। ਸਰੀਰ ਨੂੰ ਕੋਈ ਨਸ਼ਾ ਲਾਇਆ ਤਾਂ ਉਹਦਾ ਰਿਜ਼ਲਟ ਮਾੜਾ ਹੀ ਹੋਣਾ ਤੇ ਫਿਰ ਕੋਈ ਜੜੀ ਬੂਟੀ ਕੋਈ ਘਰੇਲੂ ਟਿਪਸ ਉਹਨਾਂ ਨੇ ਕੁਛ ਵੀ ਨੀ ਕਰਨਾ ਜੀ। ਸੋ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਆਪਾਂ ਨਸ਼ਾ ਜ਼ਿੰਦਗੀ ਚ ਨਾ ਵਰਤੀਏ, ਜਿਹਦੇ ਨਾਲ ਆਪਾਂ ਨੂੰ ਆਉਣ ਵਾਲੇ ਸਮੇਂ ਚ ਜਿਹੜਾ ਬੁਢਾਪੇ ਦਾ ਸਮਾਂ ਉਹ ਆਪਾਂ ਨੂੰ ਬਹੁਤ ਕਸ਼ਟਦਾਇਕ ਜਿਹਨੂੰ ਕਹਿੰਦੇ ਭੋਗਣਾ ਪਵੇ ਜੀ। ਠੀਕ ਹੈ ਜੀ। ਇਹ ਤਾਂ ਮੇਰੇ ਨਿੱਜੀ ਵਿਚਾਰ ਸੀ ਜੀ। ਤੇ ਹੁਣ ਵਿਚਾਰਾਂ ਤੋਂ ਜੀ, ਹੁਣ ਜਦੋਂ ਤੁਸੀਂ ਨੁਸਖਿਆਂ ਵੱਲ ਚੱਲਣ ਲੱਗੇ ਹੋ ਤਾਂ ਕੈਨੇਡਾ ਤੋਂ ਸੁਨੇਹਾ ਆ ਗਿਆ ਬਾਈ ਜੀ ਜੀਦੇ ਤੋਂ, ਜੀਦਾ ਪਿੰਡ ਬਹੁਤ ਮਸ਼ਹੂਰ ਹੈ ਔਰ ਉੱਥੋਂ ਦੀ ਲਾਇਬ੍ਰੇਰੀ ਦੀ ਵੀ ਚਰਚਾ ਬਹੁਤ ਹੈ। ਅਸੀਂ ਲੱਗਦੇ ਹੱਥ ਇਹੋ ਜਿਹੀਆਂ ਚੰਗੀਆਂ ਗੱਲਾਂ ਵੀ ਪਿੰਡ ਦੀਆਂ ਦੱਸਦੀਆਂ, ਹੋਰ ਵੀ ਬਥੇਰਾ ਕੁਛ ਹੈ, ਪਰ ਬਾਈ ਜੀ ਹੋਰਾਂ ਨੇ ਇਲਾਜ ਪੁੱਛਿਆ ਮਿਰਗੀ ਦਾ। ਦੇਖੋ ਮੈਂ ਪਿਛਲੇ ਸ਼ੋਅ ਚ ਵੀ ਇੱਕ ਪ੍ਰੋਗਰਾਮ ਆਇਆ ਤਾ ਉਹਦੇ ਜੀ ਮੈਂ ਸ਼ੋਅ ਚ ਜ਼ਿਕਰ ਕੀਤਾ ਜੀ। ਦੇਖੋ ਮਿਰਗੀ ਕਈ ਤਰ੍ਹਾਂ ਦੀ ਹੁੰਦੀ ਆ ਜੀ, ਕਿਵੇਂ ਹੁੰਦੀ ਆ, ਦੌਰਾ ਪੈਣ ਤੇ ਕੀ ਮਹਿਸੂਸ ਹੁੰਦਾ, ਕਈ ਚੀਜ਼ਾਂ ਦੀ ਦੇਖ ਕੇ ਫਿਰ ਇਲਾਜ ਹੁੰਦਾ ਹੁੰਦਾ ਜੀ। ਮੈਂ ਪਿਛਲੀ ਵਾਰੀ ਇੱਕ ਦੱਸਿਆ ਵੀ ਜੀ ਕੋਈ ਵੀ ਦਵਾਈ ਚੱਲਦੀ ਆ ਉਹਨੂੰ ਚੱਲੀ ਜਾਣ ਦੋ। ਇੱਕ ਨੁਸਖਾ ਮੈਂ ਫੇਰ ਦੱਸ ਦਿੰਦਾ, ਉਹੀ ਰਿਪੀਟ ਕਰਦਾ। ਦੇਖੋ ਇਹ ਆ ਮਾਇੰਡ ਨੂੰ ਮਜ਼ਬੂਤ ਕਰਨਾ, ਦਿਮਾਗ ਨੂੰ ਮਜ਼ਬੂਤ ਕਰਨਾ ਜੀ। ਠੀਕ ਹੈ ਜੀ। ਤਾਂ ਉਹ ਮੈਂ ਪਿਛਲੀ ਵਾਰੀ ਵੀ ਦੱਸਿਆ, ਇੱਕ ਵਾਰ ਫੇਰ ਮਤਲਬ ਰਿਪੀਟ ਕਰ ਦਿੰਦਾ ਜਿਹੜੇ ਵੀ ਸੁਣਦੇ ਮੇਰੇ ਵੀਰ। ਸ਼ੰਖ ਪੁਸ਼ਪੀ 100 ਗ੍ਰਾਮ, ਬ੍ਰਹਮੀ 100 ਗ੍ਰਾਮ, ਬਚ 25 ਗ੍ਰਾਮ ਤੇ 200 ਗ੍ਰਾਮ ਮਿਸ਼ਰੀ। ਇਹਦਾ ਜੀ ਮਿਸ਼ਰਣ ਬਣਾ ਕੇ ਰੱਖ ਲਓ, ਪਾਊਡਰ ਬਣਾ ਕੇ ਚੰਗੀ ਤਰ੍ਹਾਂ ਮਿਕਸ ਕਰਕੇ ਡੱਬੇ ਚ ਰੱਖ ਲਓ। ਇੱਕ ਇੱਕ ਚਮਚਾ ਸਵੇਰੇ ਸ਼ਾਮ ਦੋ। ਜਿਹੜੀ ਦਵਾਈ ਚੱਲਦੀ ਉਹਨੂੰ ਚੱਲਣ ਦੋ, ਉਹ ਖਾਣੀ ਪੈਣੀ ਜੀ ਉਹਨੂੰ ਚੱਲਣ ਦੋ। ਫਿਰ ਹੌਲੀ ਹੌਲੀ ਦਵਾਈ ਜਦੋਂ ਡਾਕਟਰ ਕੋਲ ਜਾਉਂਗੇ ਤਾਂ ਇਹ ਮਿਸ਼ਰਣ ਨਾਲ ਜੀ ਜਿਹੜਾ ਮਿਰਗੀ ਨੂੰ ਕਾਫੀ ਫਰਕ ਪੈ ਜਾਂਦਾ ਜੀ। ਬਾਕੀ ਜੇ ਕੋਈ ਜ਼ਿਆਦਾ ਡਿਟੇਲ ਜਿਹੜਾ ਉਹ ਮੈਨੂੰ ਕਾਲ ਕਰ ਸਕਦੇ ਜੀ। ਸਹੀ ਗੱਲ। ਨੰਬਰ ਅਸੀਂ ਅਖੀਰ ਚ ਦੱਸਾਂਗੇ ਜੀ, ਕਈ ਸੱਜਣ ਪੁੱਛਦੇ ਰਹਿੰਦੇ ਹੁੰਦੇ ਕਿ ਨੰਬਰ ਤਾਂ ਦੱਸ ਲਿਆ ਕਰੋ। ਨੰਬਰ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਹੁੰਦਾ, ਉਹ ਤਾਂ ਵੀ ਹੁੰਦਾ ਕਿਉਂਕਿ ਕਈ ਵਾਰੀ ਨੰਬਰ ਅਸੀਂ ਹੁਣੇ ਦੱਸ ਦਿੰਦੇ ਹਾਂ ਤੇ ਨਾਲ ਦੀ ਨਾਲ ਅਗਲਾ ਉਧਰ ਫੋਨ ਕਰਨ ਲੱਗ ਜਾਂਦਾ, ਮਹਿਮਾਨ ਹੈ ਉਹ ਇਧਰ ਆਪਣੇ ਨਾਲ ਲਾਈਨ ਤੇ ਬਿਜ਼ੀ ਹੁੰਦਾ, ਤਾਂ ਕਰਕੇ ਪ੍ਰੋਗਰਾਮ ਦੇ ਅਖੀਰ ਚ ਬੈਜ ਜੀ ਆਪਣਾ ਨੰਬਰ ਆਪ ਦੱਸਦੇ ਆ ਜੀ। ਆਪਾਂ ਚੱਲੀਏ ਹੁਣ ਗਾਂ ਨੂੰ ਜੀ। ਹਾਂ ਜੀ, ਦੇਖੋ ਖਾਣਾ ਪੀਣਾ ਬਹੁਤ ਜ਼ਰੂਰੀ ਹੈ ਜੀ ਜਦੋਂ ਉਮਰ ਵੱਧਦੀ ਹੈ ਜੀ। ਜੀ। ਹੁਣ ਜਦੋਂ ਉਮਰ ਵੱਧਦੀ ਜੀ ਖਾਣਾ ਬਿਲਕੁਲ ਹਲਕਾ ਲੈਣਾ ਚਾਹੀਦਾ, ਜਿਹੜਾ ਪਚੇ ਜਲਦੀ ਪਚੇ। ਤੇ ਹੁਣ ਜੇ ਆਪਾਂ
उम्र बधी तो भी भारा चीजा भारी चीजा भारी चीजा खाई खट्टिया तली चीजा खाई तो पेट खराब होना जी। जो पेट खराब होना जी तो बीमारिया ने भी हावी होना अपने तो कोशिश की जाए भी हल्का खाना खावे जेड़ा पके ठीक है जी। क्यों जवानी भी तो कहने भी लोहा भी अंदर खा लिया तो वह भी पच जूगा पर जब जवानी तो बाद बुढ़ापा आता फिर अपना शरीर एक्टिविटी घट जाती है जी अंतनी थोड़ी सुस्त पै जाती है शरीर की जो एक्टिविटी नहीं जवानी रही जी जैसी जवानी होंगी तो उस टाइम आप बिल्कुल हल्का खाना बिल्कुल हल्का खाना चाहिए जी। हल्का खाना खाने छेती पचता तो आप कोई भी बीमारी लगन के चांस बहुत घट हो जाते। देखो मेरी राय भी आ उम्र च आके बजुर्गों की जो उम्र होंगी फल फ्रूट उन्हों का जूस पियो ठीक है जी। जे दंद सलामत ने तो उन्होंने चब के चंगी तरह रखी फ्रूट लो हरिया सब्जियां जरूरी हो जाते जी हरिया सब्जियां सलाद वगैरा जरूर अपने भोजन च शामिल करना चाहिए। जे तुम हल्की चीज खाओगे तो जिहड़ा पेट का सिस्टम पाचन शक्ति है जी मजबूत रहूगी जी। जो तो मजबूत रहूगी तो बीमारी के बहुत घट चांस हो जाते। देखो जब कई बार जिन्हें दंद नहीं होंगे ना तो उन्होंने चाहिए जी रोटी चूर के खाधी जाए चूर के जी जिम्मे आप दंद होंगे नहीं रोटी चिथी नहीं जाती अंदर सीधी मोटी रोटी लंघ जाती फिर वो हजम नहीं हो जरूरी है भी चूर के रोटी खाओ तरल पदार्थ जिम्मे जूस होया लस्सी या सुकंजवी ए वरती जाए जी ठीक है जी। हम देखो आटा आम घर देखिया आटा कणक का ही खाने जी जी ए उम्र च जाके जी आप आटे थोड़ा मिक्स कर लिया मल्टीग्रेड बना लिया जिम्मे अजकल मशहूर है जी कोदरा पा लिया बाजरा पा लिया या रौंगी पा ली या छोले पा ले कई चीजा पै जाती जी जिन्हें मल्टीग्रेड आटा बन जाता है देखो विटामिन भी मिल जाते हैं तो कैल्शियम भी मिल जाता है शरीर फाइबर भी मिल जाता है ये जो जरूरी तत्व एक तो जी जरूरी तत्व मिल गए तो एक जो खाना होंगे प्रोपर पचता भी है जी ताकत भी देंगे जी जी ठीक है जी। हम जो उम्र बढ़ गई तो यह अपने खान पान से जी जरूरी हो जाता भी थोड़ा फेरबदल करो जी। जरा तड़का आप ज्यादा घट ला रिफाइंड लाने रिफाइंड का या कोई भी जो घर का होंगे है कोई भी तेल वरतने तो जी मेरी निजी राय है जो मैं कहना भी जैतून के तेल का तड़का लाया जाए क्या बात है ठीक है जी। हां जैतून का तड़का जो तुम लाओगे उसके होना जी वे फायदे भी हैं एक तो हार्ट अटैक तो बचेगा बंदा सही ठीक है जी। शुगर तो बचाव रहूगा एक देखो यही तेल तुसी बुजुर्ग जिहड़े हैगे आ तड़का तो लग गया जी तो तुम दसता जी हार्ट अटैक से शुगर तक भी जैतून का तेल बचाऊंगा जी ठीक है जी। ये आप शरीर से मालिश भी कर सकते हैं यही तेल की आप शरीर से मालिश करांगे जो ब्लड का शैंपू देखा जी वह प्रोपर सही रहूगा जी अपने जो गोडे गिटे चलते रहेंगे जिम्मे गोडे के दर्द होंगे ये काफी हद तक ठीक होंगे जी जी। दही अपने भोजन च जी घट्टो घट्ट एक कौली रोज खानी चाहिए है जे कोई जी इतने ये भी दस्यो कि रात नूं खा लेनी चाहिए जां नहीं। देखो दही का जिहड़ा मतलब आयुर्वेद कहिंदा जो कलाबा कहिंदियां दही है जी दो बजे तो पहला तना तुसीं खा सकदे दिने ठीक है जी। जिहड़ा असीं आयुर्वेद पढ़े आ दो बजे तो खाना पहला चंगा हुंदा दो बजे तो बाद खाना ठीक नहीं हुंदा आयुर्वेद दसदे नाल एसिड हुंदा पचदा नहीं क्योंकि दिन च आपां एक्टिविटी रहिंदी तुरदे फिरदे रहिंदी पच जांदा जी। रात नूं आपां बैड ते मतलब जो भी कोई भी भारी चीज खावांगे कोई हेल्दी ताकत वाली चीज खावे वो पचती नहीं है जी इसका कारण यही है हो सकता दो बजे से आप पहला दही सेवन कर लिए तो बहुत वधिया गल है जी ठीक है जी। ये तो दही बारे गल होगी जे कोई मीट आंडा खाता जी तो घट्टो घट्ट हफ्ते एक बार मच्छी खा सकता जी हल्की एक दो पीस मच्छी दिखाऊगा ने। देखो मच्छी होंगे ओमेगा थ्री जो हार्ट वास्ते ठीक है जी कैस्ट्रोल नू काबू रखता है फालतू फैट शरीर से जम्म नहीं दिता नहीं तो तुम देखना किसी तरह भी दिल की बीमारी होगी तो हार्ट अटैक हो गया कई किस्म दीजा हो जाए ओमेगा थ्री ए चीज नचा जी जी ठीक है जी। मतलब आप मच्छी भी खा सकते हैं हफ्ते एक बार जी। हम देखो सर फ्रूटा बदम ड्राई फ्रूटा जिम्मे बदम होया अखरोट होया खसखस सौगी ए थोड़ी थोड़ी आप हफ्ते एक दो बार खा सकते हैं डेली भी खा सकते हैं तो ये की होंगे ये चीजा सारिया ताकतमंद है जिम्मे देखो ये प्रोपर ताकत भी बनी रही है विटामिन ओमेगा थ्री फैटी एसिड एंटीऑक्सीडेंट चीजें अपने शरीर न मिलदिया रहा जी तो शरीर न बिल्कुल तंदुरुस्त रखती है जी। तो यह अपन चीजा का सेवन करना चाहिए जी बाकी हो सके एक टमाटर रोज खाने की आदत बनाई जी। देखो एक तत्व होंगे लैकोपी जो तत्व है जी वो एक चमड़ी न चमक भी बनाई रखता जी तुम रोज एक लाल टमाटर खाने हो मतलब वो कुछ हो नहीं तड़का तुड़का लाना
ਇੱਕ ਟਮਾਟਰ ਵੈਸੇ ਉਹਦੇ ਕੋਲ ਨਮਕ ਲਾ ਕੇ ਪਾ ਸਕਦੇ ਹਾਂ। ਹਾਂ ਸਲਾਦ ਜੇ ਨਿਰਣੇ ਕਾਲਜੇ ਖਾ ਲਓ ਤਾਂ ਉਹਦਾ ਹੋਰ ਫਾਇਦਾ ਹੈ ਨਾ ਜੀ, ਕਾਲੀ ਹਾਂਜੀ 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 ਕਾਲੀ ਮਿਰਚ ਖਾ ਕੇ ਥੋੜਾ ਜਿਹਾ ਤੇ ਇਹਦੇ ਨਾਲ ਹਾਂ ਤੇ ਇਹਦੇ ਨਾਲ ਚਮੜੀ ਦੀ ਜਿਹੜੀ ਚਮੜੀ ਚਮਕ ਕਾਇਮ ਰਹਿੰਦੀ ਹੈ ਤੇ ਚਮੜੀ ਚ ਨਮੀ ਰਹਿੰਦੀ ਆ, ਡਰਾਈਨੈਸ ਨੀ ਆਉਂਦੀ ਜੀ। ਇਹ ਟਮਾਟਰ ਦਾ ਇਹ ਫਾਇਦਾ ਜੀ। ਜੀ ਤੇ ਸਰ ਮੈਂ ਇੱਕ ਵਾਰੀ ਪਿਛਲੀ ਵਾਰੀ ਮੈਂ ਗੱਲ ਕਹਿੰਦਾ ਹੁੰਦਾ ਵੀ ਜਿਹੜੀ ਇੱਕ ਬਰੋਕਲੀ ਹੈ ਜੀ, ਗੋਭੀ ਆ, ਜਿਵੇਂ ਬਰੋਕਲੀ ਆਪਾਂ ਆਮ ਗੋਭੀ ਸਬਜ਼ੀ ਤੇ ਲੈਂਦੀ ਆ, ਬਰੋਕਲੀ ਜਰੂਰ ਖਾਣੀ ਚਾਹੀਦੀ ਹੈ ਬੰਦੇ ਨੂੰ ਜੀ। ਹਫ਼ਤੇ ਚ ਘੱਟੋ ਘੱਟ ਇੱਕ ਜਾਂ ਦੋ ਵਾਰ ਬਰੋਕਲੀ ਖਾਓ, ਕਿਉਂਕਿ ਬਰੋਕਲੀ ਜਿਹੜੀ ਹੈਗੀ ਆ ਇਹ ਇਹਦੇ ਚ ਵਿਟਾਮਿਨ ਸੀ ਹੁੰਦਾ, ਫੋਲਿਕ ਐਸਿਡ ਹੁੰਦਾ ਜਿਹੜਾ ਆਪਾਂ ਨੂੰ ਅੱਗੇ ਕੈਂਸਰ ਤੇ ਦਿਲ ਦੀਆਂ ਬਿਮਾਰੀਆਂ ਤੋਂ ਬਚਾਉਂਦਾ। ਠੀਕ ਆ ਜੀ, ਬਰੋਕਲੀ ਇੱਕ ਨੈਚੁਰਲ ਚੀਜ਼ ਆ ਜੀ, ਔਰਗੈਨਿਕ, ਜੇ ਆਪਾਂ ਨੂੰ ਦੇਸੀ ਖਾਦ ਰਿਹਾ ਨਾਲ ਤਿਆਰ ਕੀਤੀ ਬਰੋਕਲੀ ਮਿਲਦੀ ਤਾਂ ਬਹੁਤ ਵਧੀਆ ਗੱਲ ਆ। ਆਪਾਂ ਬਰੋਕਲੀ ਦਾ ਸੇਵਨ ਜੀ ਉਹਨੂੰ ਕੋਈ ਔਖੀ ਗੱਲ ਨਹੀਂ ਹਨਾ, ਜਦੋਂ ਹਾਂਜੀ ਕੋਈ ਘਰ ਚ ਲੱਗ ਜਾਂਦੀ ਜੀ, ਨਾਰਮਲ ਲੱਗ ਜਾਂਦੀ। ਠੀਕ ਆ ਜੀ, ਤੇ ਬਰੋਕਲੀ ਜ਼ਰੂਰ ਖਾਣੀ ਚਾਹੀਦੀ ਹੈ। ਜਦੋਂ ਸੀਜ਼ਨ ਹੁੰਦਾ ਜੀ ਅੰਗੂਰਾਂ ਦਾ, ਤਾਂ ਤੁਸੀਂ ਘੱਟੋ ਘੱਟ 100 ਗ੍ਰਾਮ ਬਜ਼ੁਰਗ ਚਾਹੇ ਜਵਾਨ ਆ, 100 ਗ੍ਰਾਮ ਅੰਗੂਰ ਰੋਜ਼ ਖਾਣੇ ਚਾਹੀਦੇ। ਇਹਦੇ ਨਾਲ ਜਿਹੜਾ ਖੂਨ ਦਾ ਲੈਵਲ ਆ ਜੀ, ਜਿਹੜੀ ਆਪਣੇ ਸਰੀਰ ਦੀ ਊਰਜਾ ਹੈ, ਐਕਟੀਵਿਟੀ ਬਣੀ ਰਹਿੰਦੀ ਜੀ। ਅੰਗੂਰ 100 ਗ੍ਰਾਮ ਇੰਨੀ ਮਤਲਬ ਇਫੈਕਟਿਵ ਚੀਜ਼ ਆ ਜੀ। ਠੀਕ ਆ ਜੀ, ਹੁਣ ਦੇਖੋ ਸਰਦੀਆਂ ਆ ਜਾਣੀ ਸਰ, ਗਰਮੀ ਤਾਂ ਚਲੋ ਲੰਘ ਚੱਲੀ, ਸਰਦੀਆਂ ਚ ਆ ਜਾਣਗੀਆਂ। ਸਰਦੀਆਂ ਚ ਦੇਖੋ ਖੁਰਾਕ ਵੀ ਥੋੜੀ ਬਦਲਣੀ ਪੈਂਦੀ ਹੈ, ਗਰਮੀ ਦੀ ਖੁਰਾਕ ਹੋਰ ਆ ਤੇ ਸਰਦੀ ਦੀ ਖੁਰਾਕ ਹੋਊਗਾ। ਹੁਣ ਸਰਦੀ ਦੀ ਤਿਆਰੀ ਹੈ ਜੀ, ਸਰਦੀ ਚ ਬਜ਼ੁਰਗਾਂ ਨੂੰ ਕਈ ਪ੍ਰੋਬਲਮ ਆ ਜਾਂਦੀ ਹੈ, ਜਿਵੇਂ ਬਜ਼ੁਰਗ ਕਹਿੰਦੇ ਵੀ ਗੋਡੇ ਗਿੱਟੇ ਜਾਮ ਹੋ ਗਏ, ਠੀਕ ਆ ਜੀ, ਰੇਸ਼ਾ ਹੋ ਗਿਆ, ਛਾਤੀ ਜਾਮ ਹੋ ਗਈ, ਕਈ ਪ੍ਰੋਬਲਮ ਆਉਂਦੀਆਂ ਜੀ। ਤਾਂ ਜੀ ਸਰਦੀਆਂ ਚ ਖਜੂਰ ਇੱਕ ਇਹੋ ਜਿਹੀ ਚੀਜ਼ ਆ ਜੀ, ਉਹਦੇ ਵਿੱਚ ਵਿਟਾਮਿਨ ਏ, ਬੀ, ਪੋਟਾਸ਼ੀਅਮ ਹੁੰਦਾ ਜੀ, ਤੇ ਉਹ ਸਰੀਰ ਦੀ ਜਿਹੜੀ ਜਿੰਨੀ ਸਰੀਰ ਨੂੰ ਗਰਮਾਇਸ਼ ਚਾਹੀਦੀ ਹੈ ਉਹ ਬਣਾ ਕੇ ਰੱਖਦੀ ਹੈ ਜੀ। ਖਜੂਰਾਂ ਲੈ ਕੇ ਜੀ 15-20 ਤੁਸੀਂ ਗ੍ਰਾਮ ਖਜੂਰਾਂ ਲੈ ਕੇ ਉਹਨਾਂ ਨੂੰ ਕੁੱਟ ਲੈਣਾ ਜੀ, ਕੁੱਟ ਕੇ ਉਹਦੀ ਚਟਨੀ ਜੀ ਬਣਾ ਲੈਣੀ, ਤੇ ਘੱਟੋ ਘੱਟ 1.5 ਗਲਾਸ ਦੁੱਧ ਵਿੱਚ ਉਹਨੂੰ ਉਬਾਲੀ ਦਿੰਦੇ ਰਹਿਣਾ ਜਦੋਂ ਤੱਕ ਦੁੱਧ ਦਾ ਰੰਗ ਖਜੂਰਾਂ ਵਰਗਾ ਨਾ ਹੋ ਜਾਵੇ ਜੀ, ਸੁਨਹਿਰੀ ਪੀਲਾ ਪੀਲਾ ਜਿਹੜਾ ਰੰਗ ਹੋ ਗਿਆ, ਇਹਦੇ ਵਿੱਚ ਤੁਸੀਂ ਮਨਪਸੰਦ ਮਿਸ਼ਰੀ ਮਿਲਾ ਕੇ ਤੁਸੀਂ ਉਹਨੂੰ ਘੋਲ ਕੇ ਪੀ ਲਓ। ਇਹਨੇ ਤੁਹਾਨੂੰ ਵਿਟਾਮਿਨ ਏ ਤੇ ਬੀ, ਪੋਟਾਸ਼ੀਅਮ ਤੇ ਹੋਰ ਇਹਦੇ ਤੱਤ ਕਈ ਨੇ ਉਹ ਵੀ ਦੇਣੇ ਨੇ, ਤੇ ਇਹਦੇ ਵਿੱਚ ਇੱਕ ਜ਼ਰੂਰ ਬਜ਼ੁਰਗਾਂ ਨੂੰ ਫਾਇਦਾ ਰਹਿਣਾ, ਇੱਕ ਤਾਂ ਜਵਾਨੀ ਜਿਹਨੂੰ ਕਹਿੰਦੇ ਵੀ ਕੈਮਰਾ ਹੋ ਗਈ, ਹੱਡ ਗੋਡੇ ਦੁਖਣਗੇ ਨੀ, ਇੱਕ ਜਿਹੜਾ ਬਜ਼ੁਰਗਾਂ ਨੂੰ ਜੀ ਹੋ ਜਾਂਦੀ ਕਮਰ ਦੀ ਬਿਮਾਰੀ ਜੀ, ਤੇ ਕਮਰ ਦੀ ਬਿਮਾਰੀ ਨੀ ਹੋਊਗੀ ਜੀ ਜੇ ਕਿਸੇ ਨੂੰ ਜੇ ਉਹ ਮਤਲਬ ਖਜੂਰ ਨੂੰ ਪ੍ਰੋਪਰ ਖਾਂਦੇ ਹੋ ਜਿਵੇਂ ਪਚਦੇ ਹੋ। ਠੀਕ ਆ ਜੀ ਜੀ, ਹੁਣ ਸਰ ਮੈਂ ਇੱਕ ਸ਼ੋਅ ਚ ਪਿੱਛੇ ਜ਼ਿਕਰ ਕਰਕੇ ਗਿਆ ਤਾ ਚਿਲਗੋਜ਼ੀਆਂ ਦਾ, ਹਾਂ ਤੁਸੀਂ ਦੱਸੋ 300 ਰੁਪਏ ਕਿਲੋ ਮਿਲਦੇ ਆ। ਹਾਂ ਜੀ, ਮੇਰੀ ਹੁਣ ਵੀ ਰਿਕੁਐਸਟ ਆ ਜੀ, ਚਾਹੇ ਬਜ਼ੁਰਗ ਨੇ ਚਾਹੇ ਮਤਲਬ ਜਵਾਨੀ ਚ ਬੰਦੇ, ਇਹ ਤੁਸੀਂ ਜੀ ਸਾਲ ਚ 1 ਕਿਲੋ ਚਿਲਗੋਜ਼ੇ ਖਾਣੇ ਹੀ ਖਾਣੇ ਨੇ ਜੀ। ਇਹਦੇ ਵਿੱਚ ਵਿਟਾਮਿਨ 1, 2, 6 and 12 ਵਿਟਾਮਿਨ ਇਹਦੇ ਚ ਹੁੰਦਾ, ਕੈਲਸ਼ੀਅਮ ਹੁੰਦਾ, ਮੈਗਨੀਸ਼ੀਅਮ ਹੁੰਦਾ, ਵਿਟਾਮਿਨ ਸੀ ਹੁੰਦਾ ਜੀ, ਤੇ ਹੁੰਦਾ ਵੀ ਭਰਪੂਰ ਆ ਜੀ। ਠੀਕ ਆ ਜੀ, ਭਰਪੂਰ ਮਾਤਰਾ ਚ ਹੁੰਦਾ, ਆਪਾਂ ਨੂੰ ਰੋਜ਼ 10-15 ਚਿਲਗੋਜ਼ੇ ਜਿਵੇਂ ਮੂੰਗਫਲੀ ਖਾਂਦੇ ਨੇ ਆਪਾਂ ਨੂੰ ਉਵੇਂ ਰੁਟੀਨ ਸਰਦੀਆਂ ਚ ਬਣਾਉਣੀ ਪੈਣੀ ਹੈ ਜੀ। ਇੱਕ ਸਾਲ ਚ ਜੇ ਤੁਸੀਂ ਨਾ ਜੀ ਸਿਰਫ 1 ਕਿਲੋ ਚ ਚਿਲਗੋਜ਼ੇ ਖਾ ਗਏ ਨਾ ਜੀ, ਤੁਹਾਨੂੰ 70 ਸਾਲ ਤੱਕ ਜੀ ਕਮਜ਼ੋਰੀ ਨਹੀਂ ਮਹਿਸੂਸ ਹੋਊਗੀ। ਇਹ ਕੋਈ ਵੀ ਮੇਰਾ ਸਰੋਤਾ ਸੁਣਦਾ ਇੱਕ ਵਾਰ ਤਜਰਬਾ ਕਰਕੇ ਦੇਖ ਲੈਣ ਜੀ, 70 ਸਾਲ ਦੀ ਉਮਰ ਤੱਕ ਜੀ ਤੁਹਾਨੂੰ ਕਦੇ ਵੀ ਕਮਜ਼ੋਰੀ ਮਹਿਸੂਸ ਨਹੀਂ ਹੋਊਗੀ ਜੀ, ਇਹ ਇੰਨੀ ਪਾਵਰਫੁਲ ਚੀਜ਼ ਹੈ ਜੀ। ਮੇਰੀ ਬੇਨਤੀ ਵੀ ਚਿਲਗੋਜ਼ੇ ਸਰਦੀਆਂ ਚ ਜਰੂਰ ਖਾਇਓ ਜੀ। ਠੀਕ ਆ ਜੀ, ਹੁਣ ਦੇਖਿਆ ਸਰ ਵਿਟਾਮਿਨ ਡੀ ਵੀ ਘੱਟ ਜਾਂਦਾ ਬਜ਼ੁਰਗ ਹੁੰਦੇ ਆ, ਤਾਂ ਦੇਖੋ ਦਿਮਾਗ ਦੀਆਂ ਕਈ ਚੀਜ਼ਾਂ ਇਹੋ ਜਿਹੀਆਂ ਆਪਾਂ ਦਿਮਾਗੀ ਕੰਮ ਜ਼ਿਆਦਾ ਕਰਦੇ ਹਾਂ ਤਾਂ ਵਿਟਾਮਿਨ ਡੀ ਘੱਟ ਜਾਂਦਾ ਜੀ, ਉੱਥੇ ਜੀ ਵਿਟਾਮਿਨ ਡੀ ਵੀ ਆਪਾਂ ਨੂੰ ਲੈਣਾ ਚਾਹੀਦਾ। ਦੇਖੋ ਵਿਟਾਮਿਨ ਡੀ ਗਾਂ ਦੇ ਦੁੱਧ ਵਿੱਚ 1 ਗਲਾਸ ਵਿੱਚ ਜੀ 20% ਵਿਟਾਮਿਨ ਡੀ ਹੁੰਦਾ, ਤੇ ਨਾਲ ਕੈਲਸ਼ੀਅਮ ਵੀ ਹੁੰਦਾ। ਦਹੀਂ ਸੰਗਤਰੇ ਵਿੱਚ ਵਿਟਾਮਿਨ ਡੀ ਆ, ਸੀ ਵੀ ਹੈਗਾ ਜੀ, ਦਲੀਆ ਹੋਇਆ, ਓਟਸ ਹੋਇਆ, ਇੱਕ ਖੁੰਬਾ ਇੱਕ ਬਹੁਤ ਤਗੜੀ ਚੀਜ਼ ਹੈ, ਮਸ਼ਰੂਮ ਜਿਹਨੂੰ ਕਹਿ ਦਿੰਦੇ ਜੀ, ਤੇ ਉਹਦੇ ਵਿੱਚ ਵੀ ਵਿਟਾਮਿਨ ਡੀ ਹੁੰਦਾ, ਜਾਂ ਜਿਹੜਾ ਅੰਡੇ ਦਾ ਪੀਲਾ ਭਾਗ ਆ ਉਹਦੇ ਵਿੱਚ ਵਿਟਾਮਿਨ ਡੀ ਹੁੰਦਾ ਜੀ, ਮੱਛੀ, ਤੇ ਮੁਫ਼ਤ ਦਾ ਵਿਟਾਮਿਨ ਡੀ ਹੈ ਜੀ ਧੁੱਪ। ਠੀਕ ਹੈ ਜੀ, ਧੁੱਪ ਸੇਕਣੀ ਚਾਹੀਦੀ ਹੈ, ਉਹਦੇ ਨਾਲ ਪ੍ਰੋਪਰ ਵਿਟਾਮਿਨ ਡੀ ਸਰੀਰ ਨੂੰ ਮਿਲਦਾ, ਤੇ ਹੱਡ ਗੋਡੇ ਆਪਾਂ ਖੜਦੇ ਨੀ, ਬਲੱਡ ਦਾ ਸਰਕੂਲੇਸ਼ਨ ਬਿਲਕੁਲ ਠੀਕ ਰਹਿੰਦਾ। ਤੇ ਜਦੋਂ ਵਿਟਾਮਿਨ ਡੀ ਆਪਣੇ ਸਰੀਰ ਚ ਰਹੂਗਾ ਜੀ, ਆਪਾਂ ਨੂੰ ਫਿਰ ਹੱਡੀਆਂ ਦੀ ਕਮਜ਼ੋਰੀ ਨੀ ਹੋਊਗੀ ਜੀ, ਡਿਪਰੈਸ਼ਨ ਨੀ ਹੋਊਗਾ, ਕੋਈ ਦਿਮਾਗੀ ਕਮਜ਼ੋਰੀ ਨੀ ਹੋਊਗੀ, ਜਾਂ ਕਦੇ ਦਿਲ ਦੀ ਘਬਰਾਹਟ ਨੀ ਹੋਊਗੀ ਜੀ, ਵਿਟਾਮਿਨ ਡੀ ਤੁਸੀਂ ਪ੍ਰੋਪਰ ਲੈਂਦੇ ਹੋ। ਠੀਕ ਆ ਜੀ,
ਜਿਹੜੀਆਂ ਚੰਗੀਆਂ ਖੁਰਾਕਾਂ ਜਾਂ ਚੰਗੇ ਵਿਟਾਮਿਨ ਕੁਦਰਤੀ ਚੀਜ਼ਾਂ ਮਿਨਰਲ ਵਗੈਰਾ ਆਪਾਂ ਨੂੰ ਰੋਜ਼ਾਨਾ ਜ਼ਿੰਦਗੀ ਚ ਵਰਤਣੇ ਜ਼ਰੂਰ ਚਾਹੀਦੇ। ਸਹੀ, ਠੀਕ ਆ ਜੀ। ਤੇ ਜਦੋਂ ਜੀ ਬਜ਼ੁਰਗ ਹੋ ਜਾਂਦੇ ਕਹਿੰਦੇ ਵੀ ਗੋਡੇ ਗਿੱਟੇ ਚੱਲਦੇ ਨਾ ਤਾਂ ਚੰਗੀ ਗੱਲ ਆ, ਮੰਜੇ ਪਰ ਪਿਆ ਕੋਈ ਨੀ ਪੁੱਛਦਾ, ਤਾਂ ਸੈਰ ਪ੍ਰੋਪਰ ਸੈਰ ਦੀ ਆਦਤ ਪਾਉਣੀ ਚਾਹੀਦੀ ਜੀ। ਹਲਕੀ ਫੁਲਕੀ ਜੇ ਉਮਰ ਜ਼ਿਆਦਾ ਹੈ ਹਲਕੀ ਫੁਲਕੀ ਥੋੜੇ ਦੂਰ ਤੱਕ ਕਰੋ, ਪਰ ਅਰਲੀ ਮਾਰਨਿੰਗ ਸੈਰ ਜ਼ਰੂਰ ਕਰਨੀ ਚਾਹੀਦੀ, ਜਿਹਦੇ ਨਾਲ ਹੱਥ ਪੈਰ ਤੁਰਦੇ ਫਿਰਦੇ ਰਹਿੰਦੇ ਤੇ ਦਿਨ ਦੀ ਜਿਹੜੀ ਤਾਜ਼ਾ ਹਵਾ ਸਵੇਰ ਦੀ ਉਹ ਆਪਣੇ ਮਿਲਦੀ ਆ, ਆਕਸੀਜਨ ਸਰੀਰ ਨੂੰ ਮਿਲਦੀ ਰਹਿੰਦੀ ਹੈ ਜੀ। ਚਿਲਗੋਜ਼ੇ ਦਾ ਅੰਗਰੇਜ਼ੀ ਚ ਨਾਂ ਕੀ ਸੀ ਭਲਾ ਜ਼ਿਆਦਾ ਤੁਹਾਡੇ, ਮੈਥੋਂ ਵੀ ਪੁੱਛਣਾ। ਹੁਣ ਦੇਖੋ ਮੈਂ ਤਾਂ ਕੋਸ਼ਿਸ਼ ਕਰਦਾ ਕਿ ਮੈਂ ਪੰਜਾਬੀ ਜੇ ਜ਼ਿਆਦਾ ਗੱਲ ਕਰ ਦਿੰਦਾ, ਮੈਂ ਜੇ ਜ਼ਰੂਰੀ ਹੋਵੇ ਤਾਂ ਮੈਂ ਪਾਲ, ਹਾਂਜੀ ਹਾਂਜੀ ਹਾਂ ਪਾਲ ਡਰੋ ਗੂਗਲ ਬਾਬਾ ਜੀ। ਹਾਂਜੀ ਹਾਂਜੀ, ਦੇਖੋ ਸਰ ਮੈਂ ਆਯੁਰਵੈਦਿਕ ਚ ਕੰਮ ਕਰਦਾ, ਮੈਂ ਜ਼ਿਆਦਾ ਹਿੰਦੀ ਵਿਚ ਪੜ੍ਹਿਆ ਏ, ਤੇ ਜਿੰਨੀ ਕੁ ਮੈਂ ਪੰਜਾਬੀ ਚ ਗੱਲ ਕਰ ਸਕਦਾ ਮੈਂ ਕਰ ਸਕਦਾ, ਜੇ ਕੋਈ ਕੁਐਸਚਨ ਆ ਉਹਨੇ ਜਵਾਬ ਬਾਅਦ ਚ ਮੈਂ ਦੇ ਸਕਦਾ, ਕਿਸੇ ਨੇ ਵਟਸਐਪ ਤੇ ਮੈਨੂੰ ਲੈ ਸਕਦਾ ਜੀ। ਠੀਕ ਆ ਜੀ, ਦੇਖੋ ਸੈਰ ਦੀ ਆਦਤ ਜ਼ਰੂਰ ਪਾਉਣੀ ਚਾਹੀਦੀ ਤੇ ਹਲਕੀ ਫੁਲਕੀ ਕਸਰਤ ਯੋਗ ਜ਼ਰੂਰ ਕਰਨਾ ਚਾਹੀਦਾ, ਜਿਹਦੇ ਨਾਲ ਇੱਕ ਤਾਂ ਸਰੀਰ ਦਾ ਹਿਲਜੁਲ ਹੁੰਦੀ ਰਹਿੰਦੀ ਹੈ ਤੇ ਪ੍ਰੋਪਰ ਸਰੀਰ ਦੇ ਹੱਡ ਗੋਡੇ ਜਿਹੜੇ ਗੋਡੇ ਨੇ ਚੱਲਦੇ ਰਹਿੰਦੇ ਨੇ ਜੀ ਜੀ। ਤੇ ਹੁਣ ਜਦੋਂ ਇੱਕ ਹੋਰ ਸਰ ਮੇਰੀ ਕਿਤਾਬਾਂ ਵਿੱਚ ਅਸੀਂ ਪੜ੍ਹੇ ਪਾਈਨ ਨਟ ਕਹਿੰਦੇ ਆ, ਹਿਮਾਲੀਅਨ ਪਾਈਨ ਨਟ, ਠੀਕ ਹੈ ਜੀ, ਪ੍ਰੋਟੀਨ ਕੋਈ ਦੱਸਤਾ? ਹਾਂ ਸਾਰਿਆਂ ਨੂੰ ਪਤਾ ਲੱਗ ਗਿਆ ਜੀ, ਮੈਨੂੰ ਵੀ ਪਤਾ ਲੱਗ ਗਿਆ, ਪੁੱਛਦੇ ਮੈਨੂੰ ਕਿੱਥੋਂ ਪਤਾ ਲੱਗਣਾ ਸੀ। 200 ਗ੍ਰਾਮ ਇਹ ਮਿਲਦੇ ਜੀ ਸੁੰਦਰ ਲਕਸ਼ਮੀ ਲੈਬਨਾਨ ਪਾਈਨ ਨਟਸ 1699 ਦੇ ਇੰਡੀਆ ਚ, ਤੇ 50 ਗ੍ਰਾਮ ਮਿਲਦੇ 550 ਦੇ, ਇਹ ਹਿਮਾਲੀਅਨ ਹੈ ਤੇ ਬਾਕੀ ਤੁਸੀਂ ਆਪਦਾ ਹਿਸਾਬ ਕਿਤਾਬ ਲਾ ਕੇ ਖਰੀਦ ਸਕਦੇ ਹੋ ਜੀ। ਵੈਦ ਜੀ ਆਪਣੀ ਮਹਿੰਗੀ ਚੀਜ਼ ਬਹੁਤ ਹੈ ਜੀ ਜ਼ਰੂਰ, ਪਰ ਫਾਇਦਾ ਬਹੁਤ ਆ ਸਰ ਇਹਦਾ, ਠੀਕ ਹੈ ਜੀ। ਫਿਰ ਰੋਜ਼ਾਨਾ ਤਾਂ ਹੀ ਵਾਰ ਵਾਰ ਜ਼ਿਕਰ ਕਰਦਾ ਜੀ। ਅੱਛਾ ਜੀ, ਹੋਰ ਇੱਕ ਹੁੰਦਾ ਵੀ ਜਦੋਂ 60 ਸਾਲ ਦੀ ਉਮਰ ਹੋ ਜਾਂਦੀ ਆ ਤਾਂ ਆਪਣਾ ਹਾਜ਼ਮਾ ਬਹੁਤ ਕਮਜ਼ੋਰ ਹੋ ਜਾਂਦਾ, ਜੇ ਕੋਸ਼ਿਸ਼ ਕੀਤੀ ਜਾਵੇ 60 ਸਾਲ ਦੀ ਉਮਰ ਤੋਂ ਆਪਾਂ ਜਦੋਂ ਉੱਪਰ ਜਾਂਦੇ ਹਾਂ ਤਾਂ ਦੁੱਧ ਨਾ ਪੀਓ, ਜੇ ਦੁੱਧ ਪੀਣਾ ਹੀ ਪੈ ਗਿਆ ਥੋੜਾ ਪਿਓ ਪਾਣੀ, ਮਤਲਬ ਪਤਲਾ ਕਰਕੇ ਪੀਓ, ਕਿਉਂ ਇਹਦੇ ਚ ਕੀ ਹੁੰਦਾ ਜੀ ਹਾਜ਼ਮਾ ਪ੍ਰੋਪਰ ਨਹੀਂ ਹੋ ਜਾ ਹੁੰਦਾ ਤੇ ਦੁੱਧ ਪਚਦਾ ਨੀ, ਕਈ ਪ੍ਰੋਬਲਮ ਖੜੀਆਂ ਹੋ ਜਾਂਦੀ ਹੈ। ਦੂਸਰੀ ਜੋ ਜਗ੍ਹਾ ਤੁਸੀਂ ਦਹੀਂ ਲੈ ਸਕਦੇ, ਦਹੀਂ ਕਾਲੀ ਮਿਰਚ ਪਾ ਕੇ ਖਾ ਸਕਦੇ ਹੋ ਜੀ ਜੀ। ਦੇਖੋ ਜਦੋਂ ਸਰ ਉਮਰ ਵੱਧਦੀ ਆ ਤਾਂ ਉਹਦੇ ਵਿੱਚ ਜ਼ਰੂਰੀ ਹੈ ਵੀ ਕਮਜ਼ੋਰੀ ਵੀ ਆ ਜਾਂਦੀ ਆ, ਇਮਿਊਨਿਟੀ ਘੱਟ ਜਾਂਦੀ ਆ ਜੀ, ਰੋਗਾਂ ਨਾਲ ਲੜਨ ਦੀ ਸ਼ਕਤੀ ਘੱਟ ਜਾਂਦੀ ਆ ਤੇ ਐਨਰਜੀ ਦੀ ਵੀ ਕਮੀ ਆਉਂਦੀ ਹੈ ਜੀ, ਤੇ ਹੱਡੀਆਂ ਦੀ ਕਮਜ਼ੋਰੀ ਆ ਜਾਂਦੀ ਆ। ਇਹ ਉਮਰ ਜੇ ਆਪਾਂ ਆਯੁਰਵੈਦਿਕ ਦੀ ਮੈਂ ਗੱਲ ਕਰਦਾ ਹੀ ਰਹਿਣਾ ਜੀ, ਪਰ ਮੈਂ ਅੱਜ ਤੁਹਾਨੂੰ 3 ਦਵਾਈਆਂ ਹੋਮਿਓਪੈਥਿਕ ਦੀਆਂ ਦੱਸਾਂਗਾ ਜੀ, ਜਿਹਦੇ ਨਾਲ ਜੇ ਕਿਸੇ ਨੂੰ ਮਤਲਬ ਉਮਰ ਨੂੰ ਆਪਾਂ ਨੇ ਸਾਹਮਣਾ ਹੈ ਵੀ ਆਪਾਂ ਨੂੰ ਪ੍ਰੋਬਲਮ ਨਾ ਆਉਣ ਤਾਂ ਉਵੇਂ ਵੀ ਇਹਨੂੰ ਵਰਤ ਸਕਦਾ ਹੈ, ਜੇ ਕੋਈ ਪ੍ਰੋਬਲਮ ਆਈ ਹੈ ਤਾਂ ਉਹਨੂੰ ਉਹਦੀ ਦਵਾਈ ਦੇ ਤੌਰ ਤੇ ਵਰਤ ਸਕਦਾ ਹੈ, ਕਿਉਂਕਿ ਹੋਮਿਓਪੈਥਿਕ ਦਵਾਈਆਂ ਆਯੁਰਵੈਦਿਕ ਦਾ ਬਦਲਣਾ, ਉਹਨਾਂ ਅਲਕੋਹਲ ਵਿੱਚ ਭਿਉਂ ਕੇ ਰੱਖਿਆ ਜਾਂਦਾ, ਉਹ ਤੋਂ ਆਯੁਰਵੈਦਿਕ ਦੇ ਨਾਲ ਹੀ ਜੜੀ ਬੂਟੀਆਂ ਨਾਲ ਹੀ ਹੋਮਿਓਪੈਥਿਕ ਦਵਾਈਆਂ ਤਿਆਰ ਹੁੰਦੀ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ। ਹੁਣ ਜੀ ਪਹਿਲੀ ਦਵਾਈ ਸਰੋਤੇ ਧਿਆਨ ਨਾਲ ਸੁਣ, ਕਾਰਗੋ ਵੈਜ, ਪੈਰੀਗਾ CARGOVEGI, ਠੀਕ ਹੈ ਜੀ। ਜਿਹੜਾ ਕਾਰਗੋ ਵੈਜ ਇੱਕ ਦਵਾਈ ਹੈ ਜੀ, ਹੋਮਿਓਪੈਥਿਕ ਦੀ ਮਦਰ ਟਿੰਕਚਰ ਹੁੰਦਾ, ਬਣਿਆ ਬਣਾਇਆ ਹੁੰਦਾ ਜੀ, ਜੇ ਆਪਾਂ ਇਹ ਲਗਾਤਾਰ ਵਰਤੀ ਹੈ ਜੀ ਤਾਂ ਆਪਾਂ ਨੂੰ ਸਮੱਸਿਆ ਬਹੁਤ ਹੱਦ ਤੱਕ ਹੁੰਦੀਆਂ ਨੇ। ਇੱਕ ਤਾਂ ਜੀ ਦੇਖੋ ਇਹ ਮੈਂ ਇਹਦੇ ਦੋਸ਼ ਵੀ ਦੱਸੂਗਾ, ਇੱਕ ਤਾਂ ਜੀ ਪੇਟ ਗੈਸ ਨਹੀਂ ਬਣ ਦਿੰਦਾ ਜੀ, ਐਨਰਜੀ ਲੈਵਲ ਬਣਾ ਕੇ ਰੱਖਦਾ ਹੈ, ਬਲੱਡ ਵਿੱਚ ਦੀ ਜਿਹੜੀ ਆਕਸੀਜਨ ਦੀ ਸਪਲਾਈ ਹੁੰਦੀ ਹੈ ਉਹਨੂੰ ਪ੍ਰੋਪਰ ਸਹੀ ਰੱਖਦਾ। ਤੁਸੀਂ ਦੇਖਿਆ ਕਈ ਵਾਰੀ ਪੇਸ਼ੈਂਟ ਕਰਦਾ ਬਜ਼ੁਰਗ ਦੱਸਦੇ ਨੇ ਵੀ ਮੈਨੂੰ ਤੁਰਦੇ ਤੁਰਦੇ ਸਾਹ ਚੜਦਾ ਜੀ, ਉੱਥੇ ਕਹਿੰਦੇ ਵੀ ਸਰੀਰ ਚ ਜਿਹੜੀ ਬਲੱਡ ਦੀ ਬਲੱਡ ਵਿੱਚ ਆਕਸੀਜਨ ਹੁੰਦੀ ਹੈ ਤੇ ਸਪਲਾਈ ਘੱਟ ਜਾਂਦੀ ਹੈ, ਉਹਦੇ ਕਰਕੇ ਜੀ ਸਾਹ ਚੜਨਾ ਹੋ ਜਾਂਦਾ ਜੀ। ਇਹਦੀ ਬਲੱਡ ਦੀ ਸਰਕੂਲੇਸ਼ਨ ਆਕਸੀਜਨ ਦੀ ਪੂਰੀ ਸਪਲਾਈ ਬਣਾ ਕੇ ਰੱਖਦਾ ਜੀ, ਤੇ ਜਿਹੜੇ ਉਮਰ ਹੁੰਦੀ ਹੈ 60 ਸਾਲ ਤੋਂ ਬਾਅਦ ਜੀ, ਠੀਕ ਹੈ ਜੀ, ਉਹਦੀ ਲਾਗਟ ਹੋ ਜਾ, ਜਿਹੜੇ 60 ਸਾਲ ਤੋਂ ਥੱਲੇ ਉਹਦੀ ਲਾਗਤ ਹੋ ਜਾ ਜੀ। ਹੁਣ ਮੰਨ ਲਓ ਵੀ ਕਿਸੇ ਦੀ 60 ਸਾਲ ਤੋਂ ਘੱਟ ਉਮਰ ਆ ਜੀ, ਤਾਂ ਕਾਰਗੋ ਵੈਜ ਦੀ 200 ਪੋਟੈਂਸੀ ਆਉਂਦੀ ਹੈ ਜਿਹਦੀ, 200 ਜਿਹਨੂੰ ਕਹਿੰਦੇ ਡੋਜ ਹੁੰਦੀ ਹੈ 200 ਪੋਟੈਂਸੀ, ਤਾਂ ਤੁਸੀਂ ਇਹਨੂੰ ਡਾਇਰੈਕਟ 2 ਬੂੰਦਾਂ ਜੀਭ ਤੇ ਸਵੇਰੇ ਪਾ ਲਓ ਤੇ ਸਾਰੇ ਦਿਨ ਕੋਈ ਦਵਾਈ ਲੈਣ ਦੀ ਲੋੜ ਨਹੀਂ ਜੀ, ਠੀਕ ਹੈ ਜੀ। ਤੇ ਜੇ ਤੁਹਾਡੀ ਉਮਰ ਹੋਊਗੀ 60 ਸਾਲ ਤੇ ਉੱਪਰ ਤਾਂ ਇਹਦੇ ਆਉਂਦੇ ਜੀ 1000 ਪੋਟੈਂਸੀ, ਉਹਦੀਆਂ ਜੀ 2 ਬੂੰਦਾਂ ਜੀਭ ਤੇ ਪਾ ਲਓ, ਜੇ 60 ਸਾਲ ਦੀ ਉਮਰ ਤਾਂ 1000 ਪੋਟੈਂਸੀ, ਜੇ 60 ਸਾਲ ਤੋਂ ਘੱਟ ਤਾਂ 200 ਪੋਟੈਂਸੀ, 2 ਜੀਭ ਤੇ ਤੁਸੀਂ ਮਤਲਬ 2 ਬੂੰਦਾਂ ਪਾ ਲਓ, ਤਾਂ ਤੁਹਾਨੂੰ ਜਿਹੜੀ ਉੱਪਰਲੀ ਸਮੱਸਿਆ ਪੇਟ ਗੈਸ ਐਨਰਜੀ ਜਿਹੜਾ ਬਲੱਡ ਦਾ ਸਰਕੂਲੇਸ਼ਨ ਸਾਹ ਤੋਂ ਚੜਦਾ ਬਿਲਕੁਲ ਠੀਕ ਰਹੂਗਾ ਜੀ, ਇਹਦੇ ਲਗਾਤਾਰ ਲੈਂਦੇ ਨਾ ਇਹਦਾ ਕੋਈ ਨੁਕਸਾਨ ਆ ਜੀ, ਠੀਕ ਹੈ ਜੀ।
ਇੱਕ ਤਾਂ ਫਿਰ ਇਹ ਹੈ ਜੀ ਕਾਰਬੋ ਵੈਗ ਵੈਗ ਸਾਰੇ ਨੋਟ ਕਰਨ, ਇਹ ਸਾਰੇ ਪ੍ਰੋਪਰ ਜਿਹੜੀ ਮੈਂ ਸਮੱਸਿਆਵਾਂ ਦੱਸੀਆਂ ਦਾ ਹੱਲ ਆ ਜੀ। ਤੇ ਦੂਜੀ ਦਵਾਈ ਹੈ ਜੀ ਅਸ਼ਵਗੰਧਾ ਕਿਊ, ਆਯੁਰਵੈਦਿਕ ਵੀ ਇਹ ਜ਼ਿਕਰ ਕਾਫੀ ਆਉਂਦਾ ਤੇ ਹੋਮਿਓਪੈਥਿਕ ਵੀ ਆਉਂਦਾ ਜੀ ਮਦਰ ਟਿੰਚਰ, ਅਸ਼ਵਗੰਧਾ ਕਿਊ ਮਦਰ ਟਿੰਚਰ ਆਉਂਦਾ ਜੀ। ਤੇ ਇਹ ਆਪਾਂ ਲਗਾਤਾਰ ਲੈਂਦੇ ਰਹੀਏ ਤਾਂ ਤਾਕਤ ਇਮਿਊਨਿਟੀ ਤੇ ਬਲੱਡ ਪ੍ਰੈਸ਼ਰ ਤੇ ਸ਼ੂਗਰ ਤੋਂ ਬਚਾ ਕੇ ਰੱਖਦਾ ਜੀ। ਜੇ ਕਿਸੇ ਨੇ ਵੈਸੇ ਕੋਈ ਬਿਮਾਰੀ ਨਹੀਂ ਹੈਗੀ ਇਹਨਾਂ ਚੀਜ਼ਾਂ ਤੋਂ ਬਚਣਾ ਹੈ ਤਾਂ ਇਹਨੂੰ ਆਪਾਂ ਲੈ ਸਕਦੇ, ਪ੍ਰੋਪਰ ਦਿਮਾਗ ਦੀ ਸ਼ਕਤੀ ਵੀ ਵਧਾਉਂਦਾ ਜੀ ਅਸ਼ਵਗੰਧਾ ਜੀ। ਇੱਕ ਇਹੋ ਜੀ ਆਯੁਰਵੈਦਿਕ ਦੀ ਮੰਨੀ ਪਰਮੰਨੀ ਹਰਬਲ ਆ ਜੀ ਇਹ, ਵੀ ਇਹ ਕਾਫੀ ਰੋਗਾਂ ਨੂੰ ਮਤਲਬ ਇਹਨੂੰ ਕਹਿੰਦੇ ਘੋੜੇ ਵਰਗੀ ਤਾਕਤ ਬੰਦੇ ਨੂੰ ਦਿੰਦੀ ਹੈ ਜੀ। ਠੀਕ ਹੈ ਜੀ, ਤਾਂ ਇਹਦੀ ਆਪਾਂ 20 ਬੂੰਦਾਂ ਆਪਾਂ ਦੋ ਟਾਈਮ ਸਵੇਰੇ ਸ਼ਾਮ ਆਪਾਂ ਯੂਜ਼ ਕਰੀਏ ਤਾਂ ਆਪਾਂ ਨੂੰ ਕਾਫੀ ਰੋਗਾਂ ਤੋਂ ਬਚਾਓ ਰਹਿੰਦਾ ਜੀ ਅਸ਼ਵਗੰਧਾ ਮਦਰ ਟਿੰਚਰ ਜੀ। ਠੀਕ ਹੈ ਜੀ, ਹੁਣ ਤੀਜੀ ਦਵਾਈ ਦਾ ਜਿਹੜਾ ਨਾਂ ਦੱਸ ਰਿਹਾ ਜੀ ਸ਼ਾਇਦ ਕਿਸੇ ਨੂੰ ਪਤਾ ਨੀ ਹੋਣਾ, ਅਸੀਂ ਤਾਂ ਬੂਟੇ ਵੀ ਲਾ ਕੇ ਦੇਖੇ ਆ, ਜਿੰਕੋ ਬਾਈ ਲੋਵਾ ਇੱਕ ਜੀ ਦਰਖਤ ਆ, ਇਹ ਘੱਟੋ ਘੱਟ ਸਰ 200 ਸਾਲ ਪਹਿਲਾਂ ਵੀ ਇਹ ਪਾਇਆ ਜਾਂਦਾ ਧਰਤੀ ਜੀ। ਤੇ ਇਹ ਇਹਦਾ ਹੋਮਿਓਪੈਥਿਕ ਜੀ ਮਦਰ ਟਿੰਚਰ ਮੰਨਦਾ ਜਿੰਕੋ ਬਾਈ ਲੋਵਾ ਜੀ। ਇਹ ਇੰਨੀ ਇਫੈਕਟਿਵ ਚੀਜ਼ ਆ ਨਾ ਜੀ, ਇੱਕ ਤਾਂ ਜੀ ਇਹ ਦਿਮਾਗੀ ਪਾਵਰ ਜਿਹੜੀ ਬਜੁਰਗਾਂ ਨੂੰ ਹੋ ਜਾਂਦੀ ਦਿਮਾਗੀ ਦੀ, ਦਿਮਾਗ ਦੀ ਸ਼ਕਤੀ ਘੱਟ ਜਾਂਦੀ ਜੀ ਸੋਚਣ ਦੀ ਜੀ, ਭੁੱਲਦੇ ਬਜੁਰਗ ਛੇਤੀ ਆ ਜਾਂ ਕੋਈ ਚੀਜ਼ ਫਾਲੋ ਕਰਦੇ ਨੀ, ਬੋਲਾਪਨ ਕਰਨਾ ਚ ਆ ਜਾਂਦਾ ਹੈ। ਜੇ ਤੁਸੀਂ ਇਹ ਲਗਾਤਾਰ ਉਹਨਾਂ ਨੂੰ ਦਿੰਦੇ ਹੋ, ਠੀਕ ਹੈ ਜੀ, ਜਦੋਂ ਬਿਮਾਰੀ ਆ ਉਹਦੀ ਲੱਗ ਡੋਜ ਆ, ਜਦੋਂ ਬਿਮਾਰੀ ਨਹੀਂ ਹੈਗੀ ਤਾਂ ਉਹਨੂੰ ਪ੍ਰੋਪਰ ਜੇ ਤੁਸੀਂ ਲੈਂਦੇ ਆ ਤਾਂ ਇਹਦੇ ਨਾਲ ਕੀ ਹੁੰਦਾ ਜੀ, ਇੱਕ ਤਾਂ ਸਰੀਰ ਨੂੰ ਜੀ ਦਿਮਾਗੀ ਤਾਕਤ ਠੀਕ ਰਹਿੰਦੀ ਤੇ ਵੈਸੇ ਵੀ ਐਕਟੀਵਿਟੀ ਰਹਿੰਦੀ ਆ, ਤੇ ਟੌਕਸਿਨ ਬਾਹਰ ਕੱਢਦਾ ਜੀ ਜੀ, ਸੋਜ ਘਟਾਉਂਦਾ ਹੈ, ਕਈ ਵਾਰੀ ਗੋਡੇ ਗਿੱਟੇ ਸੋਜ ਆਉਂਦੀ ਸੋਜ ਘਟਾਉਂਦਾ ਹੈ, ਜਾਂ ਪਲੇਟਲੈਟ ਸੈੱਲ ਘੱਟ ਗਏ ਤਾਂ ਸੈੱਲਾਂ ਦੀ ਪੂਰਤੀ ਪੂਰੀ ਰੱਖਦਾ ਜੀ, ਤੇ ਬਲੱਡ ਦਾ ਸਰਕੂਲੇਸ਼ਨ ਵਧਾਉਂਦਾ ਜੀ, ਇਹ ਜੀ ਦਿਮਾਗ ਨੂੰ ਚੁਸਤ ਰੱਖਦਾ, ਨੀਂਦ ਵੇਲੇ ਕਿਸੇ ਨੂੰ ਘਾਟਾ ਆਉਂਦੀ ਹੋਵੇ, ਮਾਨਸਿਕ ਤਣਾਅ ਰਹਿੰਦਾ ਹੋਵੇ, ਪੈਰ ਹੱਥ ਪੈਰ ਬਿਨਾਂ ਮਦਦ ਤੋਂ ਕੰਮ ਦੇ ਰਹਿਣ ਤਾਂ ਉਹਨਾਂ ਨੂੰ ਇਹ ਕਾਫੀ ਹੱਦ ਤੱਕ ਠੀਕ ਰੱਖਦਾ ਜੀ, ਇੱਕ ਇਹੋ ਜਿਹਾ ਮੈਡੀਕਲ ਪਲਾਂਟ ਆ ਜੀ ਜੀ। ਠੀਕ ਆ ਜੀ, ਤੇ ਕਈ ਵਾਰੀ ਬਜੁਰਗ ਕਰਦੇ ਆ ਸ਼ਿਕਾਇਤ ਜੀ ਵੀ ਹੱਥ ਪੈਰ ਸੁੰਨ ਹੋਣ ਲੱਗ ਗਏ, ਜਾਂ ਕੰਨਾਂ ਚ ਘੰਟੀਆਂ ਵੱਜਦੀਆਂ ਸਾਂ ਸਾਂ ਹੋਣ ਲੱਗ ਗਈ, ਕਈ ਬਜੁਰਗ ਕਹਿੰਦੇ ਵੀ ਕੰਨਾਂ ਚ ਬਿਨਾਂ ਮਤਲਬ ਘੰਟੀਆਂ ਵੱਜੀ ਜਾਂਦੀਆਂ, ਅਜੀਬ ਤਰ੍ਹਾਂ ਦੀਆਂ ਆਵਾਜ਼ਾਂ ਆਈ ਜਾਂਦੀਆਂ ਜੀ। ਤਾਂ ਉੱਥੇ ਆਪਾਂ ਨੇ ਕੀ ਕਰਨਾ ਜੀ, 40 ਸਾਲ ਤੋਂ ਉੱਪਰ ਜਿਹੜਾ ਬੰਦਾ ਹੁੰਦਾ 50-40 ਤੋਂ ਲੱਗੇ 50 ਸਾਲ ਤੱਕ, ਤਾਂ ਆਪਾਂ ਅੱਧਾ ਕੱਪ ਪਾਣੀ ਵਿੱਚ ਜੇ 10 ਬੂੰਦਾਂ ਇੱਕ ਵਾਰ ਲੈਣੀ ਜੀ, ਕੋਈ ਤਕਲੀਫ ਨਹੀਂ ਹੈਗੀ ਜੀ। ਜੇਕਰ ਦਿਮਾਗੀ ਕਮਜ਼ੋਰੀ ਡਿਪਰੈਸ਼ਨ ਜਾਂ ਕੋਈ ਹੋਰ ਬਿਮਾਰੀ ਹੈ ਤਾਂ 20-20 ਬੂੰਦਾਂ ਆਪਣੇ ਸਵੇਰੇ ਸ਼ਾਮ ਲੈਣੀ ਪਾਣੀ ਵਿੱਚ, ਅੱਧਾ ਗਲਾਸ ਪਾਣੀ ਦੇ ਤੇ 20-20 ਬੂੰਦਾਂ ਪਾ ਕੇ ਸਵੇਰੇ ਸ਼ਾਮ ਲਾਓ, ਤਾਂ ਤੁਸੀਂ ਦੇਖਿਓ ਜੇ ਲਗਾਤਾਰ ਤੁਸੀਂ ਵਰਤ ਲਈ ਨਾ, ਦਿਮਾਗੀ ਕਮਜ਼ੋਰੀ ਡਿਪਰੈਸ਼ਨ ਭੁੱਲਣਾ ਆਪਣੇ ਆਪ ਹੱਥ ਕੰਬਣੇ ਇਹ ਸਾਰੀਆਂ ਚੀਜ਼ਾਂ ਜੀ ਹੋ ਸਕਦੀਆਂ। ਠੀਕ ਹੈ, ਦੇਖੋ ਸਰ ਇਹ 3 ਦਵਾਈਆਂ ਦੀਆਂ ਜਿਹੜੀਆਂ ਲਗਾਤਾਰ ਆਪਾਂ ਲੈ ਸਕਦੇ, ਇਹਨਾਂ ਦਾ ਕੋਈ ਵੀ ਨੁਕਸਾਨ ਨਹੀਂ ਤੇ ਕੋਈ ਇਹਦੇ ਨਾਲ ਪ੍ਰੋਬਲਮ ਨਹੀਂ ਹੁੰਦੀ, ਡੋਜ ਜਿਵੇਂ ਮੈਂ ਦੱਸੀ ਉਵੇਂ ਲੈਣੀ ਹੈ। ਠੀਕ ਆ ਜੀ, ਇਹ ਆਯੁਰਵੈਦਿਕ ਜੀ ਇਹਨਾਂ ਦੀ ਕਾਫੀ ਇਹਨਾਂ ਦੀ ਚਰਚਾ ਹੈ ਜੀ, ਤੇ ਹੋਮਿਓਪੈਥਿਕ ਜੀ ਦੇ ਮਦਰ ਟਿੰਚਰ ਬਣੇ ਬਣਾਏ ਆਉਂਦੇ ਆ। ਤੇ ਜੇ ਕੋਈ ਕਿਸੇ ਦੀ ਦਵਾਈ ਨਾਲ ਚੱਲਦੀ, ਇੱਕਦਮ ਦਵਾਈ ਬੰਦ ਨਹੀਂ ਕਰਨੀ ਹੈਗੀ ਕਿਸੇ ਕਿਸਮ ਦੀ ਵੀ, ਇਹਨੂੰ ਵੀ ਦਵਾਈ ਨਾ ਸਮਝ ਲਿਓ, ਉਹ ਦਵਾਈ ਨਾਲ ਚੱਲਦੀ ਰਹੇ ਤੇ ਇਹ ਨਾਲ ਆਪਾਂ ਇੱਕ ਸਪੋਰਟ ਲਾ ਦੇਣੀ ਇਹਦੇ ਨਾਲ, ਜਦੋਂ ਤੁਹਾਡੀ ਬਿਮਾਰੀ ਘਟਦੀ ਹੈ ਫਿਰ ਐਲੋਪੈਥਿਕ ਦਵਾਈ ਘਟਾਉਂਦੇ ਤੁਸੀਂ ਇਹਦੇ ਪਰ ਲਗਾਤਾਰ ਲੈ ਕੇ ਇਹਦੇ ਪਰ ਖੜ ਸਕਦੇ ਹੋ, ਕਿਉਂ ਦੇਸੀ ਦਵਾਈਆਂ ਤੇ ਹੋਮਿਓਪੈਥਿਕ ਦਵਾਈਆਂ ਦਾ ਅਕਸਰ ਕੋਈ ਨੁਕਸਾਨ ਨਹੀਂ ਹੁੰਦਾ ਸਰ ਜੀ। ਇਹ ਤਾਂ ਹੀ ਹੋਈਆਂ ਮੇਨ ਦਵਾਈਆਂ ਜਿਹੜੀਆਂ ਬੁਢਾਪੇ ਨੂੰ ਵੀ ਰੋਕਦੀਆਂ ਤੇ ਵੈਸੇ ਵੀ ਐਨਰਜੀ ਬਣਾ ਕੇ ਰੱਖਦੀ। ਤੇ ਹੁਣ ਇੱਕ ਆਪਾਂ ਜ਼ਿਕਰ ਕਰਾਂਗੇ ਜੀ ਸ਼ਿਲਾਜੀਤ ਦਾ, ਸ਼ਿਲਾਜੀਤ ਨੇ ਹਰੇਕ ਨੇ ਸਿਰਫ ਵੀ ਸ਼ਿਲਾਜੀਤ ਕੀ ਹੁੰਦਾ। ਅੱਛਾ, ਸ਼ਿਲਾਜੀਤ ਦੀ ਨਾ ਪਹਿਚਾਣ ਜ਼ਰੂਰ ਦੱਸਿਓ, ਕਿਉਂਕਿ 15-16 ਸਾਲ ਪਹਿਲਾਂ ਮੈਂ ਗਿਆ ਸੀਗਾ ਜੀ ਰਿਸ਼ੀਕੇਸ਼, ਉੱਥੇ ਹਰੇਕ ਜਾਂਦਾ ਬੰਦਾ ਫਸਦਾ ਹੀ ਹੈ, ਰਿਸ਼ੀਕੇਸ਼ ਨੀ ਗਾਂ ਕਿੱਥੇ ਉਹ ਜਾਂਦੇ ਆ ਹੇਮਕੁੰਡ ਸਾਹਿਬ, ਉੱਥੇ ਦਵਾਈਆਂ ਵੇਚਣ ਵਾਲੇ ਮੈਨੂੰ ਕਿਸੇ ਨੇ ਕਿਹਾ ਇੱਥੋਂ, ਕਹਿੰਦੇ ਸ਼ਿਲਾਜੀਤ ਮਿਲਦੀ ਉਹ ਲੈ ਲਈ, ਉਹਨੇ 60 ਰੁਪਈਆਂ ਦੀ ਦਿੱਤੀ, ਕਹਿੰਦਾ 3 ਤੋਲੇ, ਮੈਂ ਕਿਹਾ 50 ਦੇ ਲਈ, ਉਹਨੇ ਦੇਤੀ, ਉਹ ਬੱਟੀ ਜੀ ਦੇਤੀ ਜੀ ਕਾਲੀ ਜੀ, ਤੇ ਉਹ ਕਿਸੇ ਨੂੰ ਦਿਖਾਈ, ਉਹ ਕਹਿੰਦੇ ਕਾਹਨੂੰ ਸ਼ਿਲਾਜੀਤ ਹੈ, ਬਾਅਦ ਵਿੱਚ ਉਹ ਜਿਹੜੀ ਹੁਣ ਰਾਮਦੇਵ ਵਾਲੀ ਵਿਕਦੀ ਆ ਵੀ ਉਹ ਵੀ ਦੱਸਿਓ ਕੀ ਹੈ, ਤੇ ਕਿਉਂਕਿ ਜਿਹੜੀਆਂ ਸਰ ਫਾਰਮੈਸੀਆਂ ਬਣਾਉਂਦੀਆਂ ਉਹਨਾਂ ਦੀ ਲਗਭਗ ਠੀਕ ਹੀ ਹੁੰਦੀ ਹੈ ਜਿਹੜਾ ਸਾਡਾ ਤਜਰਬਾ ਜੀ। ਤੇ ਸ਼ਿਲਾਜੀਤ ਦੀ ਹੁਣ ਪਛਾਣ ਕੀ ਹੁੰਦੀ ਜੀ, ਦੇਖੋ ਸ਼ਿਲਾਜੀਤ ਇੱਕ ਤਾਂ ਨਰਮ ਹੁੰਦਾ ਜੀ, ਕਦੇ ਬਹੁਤਾ ਪੱਥਰ ਵਗੈਰਾ ਸਖ਼ਤ ਨਹੀਂ ਹੋਊਗਾ, ਨਰਮ ਹੋਊਗਾ, ਇਹਦੀ ਸਮੈਲ ਤੁਸੀਂ ਚਾਹੇ 4-5 ਫੁੱਟ ਤੋਂ ਦੂਰ ਰੱਖ ਦੋ, ਸਮੈਲ ਪ੍ਰੋਪਰ ਸ਼ਿਲਾਜੀਤ ਵਰਗੀ ਆਉਂਦੀ ਹੈ। ਠੀਕ ਆ ਜੀ, ਤੇ ਇੱਕ ਇਹਨੂੰ ਜੇ ਆਪਾਂ ਥੋੜੀ ਜਿਹੀ ਅੱਗ ਲਾ ਦੇਈਏ ਇਹਨੂੰ, ਪਹਿਨੇ ਇੱਕਦਮ ਨੀ ਅੱਗ ਫੜਨੀ, ਹੌਲੀ ਹੌਲੀ ਫੜੂਗਾ ਜੀ ਜਿਹੜੀ ਇਹਦੀ ਮੇਨ ਪਛਾਣ। ਠੀਕ ਆ ਜੀ, ਤੇ ਇਹਦੇ ਵਿੱਚ ਜੇ ਆਪਾਂ ਧਾਗਾ ਲੰਘਾ ਦਈਏ ਵਿੱਚੋਂ ਜੀ, ਧਾਗੇ ਨਾਲ ਇਹਦੇ ਕੁਛ ਨਾ ਕੁਛ ਲੱਗ ਕੇ ਆਉਣਾ, ਜਿਹਨੂੰ ਕਹਿੰਦੇ ਵੀ ਲੁਬਰੀਕੇਟ ਦੇ ਨਾਲ ਲੱਗ ਕੇ ਆਊਗਾ, ਨਹੀਂ ਤਾਂ ਇਹਨੇ ਵੈਸੇ ਹੀ ਧਾਗੇ ਨੇ ਆ ਜਾਣਾ ਜੇ ਕੋਈ ਮਿਲਾਵਟ ਹੋਊਗੀ। ਇਹਦੀਆਂ 2-3 ਪਛਾਣਾਂ ਜੀ ਇਹ ਸ਼ਿਲਾਜੀਤ ਦੇ ਨਾਂ ਤੇ ਜੀ, ਕਾਫੀ ਕੁਛ
गंदा प्रचार या जिन कहने बेचने वाले सौदे ठगे फिरते हैं काफी इन गलत चीजा देख के सेला जीत की मतलब बदनामी करते हैं। सेला जीत एक बहुत तगड़ा रसायन है जी, जे सेला जीत आप खाते रहेंगे ना जी, चाहे जे तुम असली नकली की थोड़ी अपन थोनू रही भी असली नकली का डर रहा तो मैं थोनू एक सलाह देवे भी बैदनाथ का ना बनया बनया लिपकड़ आंदा जी, वह सोध्या आंदा जी। देखो सर जिहड़ा सिला जीत पत्थर च चटाना पिछ थोड़ा थोड़ा धरती पर गिरता है फिर उन्होंने जाके सोध्या जाता है मिट्टी घट्टा कट के ता सिला जीत शुद्ध तैयार होंगे जी। ठीक है जी, तो सिला जीत बैदनाथ कंपनी का बनया बनाया आंदा जी, लिपकड़ वह तुम लाओ वह जमा सेफ आ जी, साफ सुथरा शुद्ध आ। ठीक है जी, देखो सिला जीत जिहड़ा हैगा यह हड्डियां की कमजोरी ठीक करता है, एनर्जी पावर बना के रखता जी, नुकसान कोई नहीं हैगा जी। सिला जब तुम रोज जो दुध पीना तो पांच चार बूंदा जी पा के शुद्ध सिरा बैदनाथ का पा के तुम पी सकते हो तो यहाँ थोड़ा प्रोपर जो बुढ़ापे के कष्ट थोनू नहीं हो गए जी। पिछली बार मैं ब्रह्म रसायण की एक बार गल करके गए थे, ब्रह्म रसायण तुम खा सकते हो, यह भी माइंड न काफी प्रोपर सही रखता है, बीपी ठीक रखता है, एनर्जी लैवल बना के रखता है। चमनप्रास भी तुम खा सकते हो किसी वधिया कंपनी का, या फिर तुम चमनप्रास के दिमागी शक्ति बना कायम रखने वास्ते ब्रह्मी भी खा सकते हो। ब्रह्मी देखो कोई नुकसान नहीं, प्रोपर देखो मेन चीजा दिमाग दिल दिमाग थोड़ा काम करता जाऊगा, सारा थोड़ा सिस्टम चलता रहना है, एक्टिवेट रखने वास्ते आप कुछ ना कुछ खाते जाइए ना तो प्रोपर शरीर सही काम करता रहता जी। देखो ये मैं दसते ब्रह्मी होया सिराजीत होया या चमनप्रास होया, पर जे आप खाते रहोंगे तो जे बुढ़ापे रोग आप तंग नहीं करेंगे। हम दिन तुम देखा जिम्मे बुढ़ापे जाके बीपी बढ़ गया, ज्वाइंट पेन हो गया या दिमागी कमजोरी होगी, एनर्जी लैवल घट गया, जो कॉमन चीजा जीडिया होंगे होंगे। ठीक है जी, हम ये मैं जो उपर जिक्र किया खान पीन का उवे प्रोपर खाना पीना सही रखा जाए। तो वैसे भी सर अजकल पढ़े लिखे वैसे भी गूगल से सर्च मार के वैसे ही वधिया वधिया डाइट डाइट प्लान आ जाते, वह फॉलो कर सकता बंदा। काफी बंदे यूट्यूब पर बैठे ने जिहड़े सही राय देंगे, सारे नहीं मैं कह सकता, उन्होंने देख के समझ के उतो भी आप फॉलो करके अपना खाना पीना सही रख सकते हैं। ते मेरी एक जिहड़ी निजी राय आ जी भी कोई भी जड़ी बूटी बरतन तो पहला अपन पूरी जांच पड़ताल होनी चाहिए, फिर अपन यूज करनी चाहिए। जे ला लो किसी ने अश्वगंधा रेकमेंड कर दो भी अश्वगंधा खाओ, जे अश्वगंधा मिलेगा नकली गया फिर उन्हें अश्वगंधा ने की काम करना है जी। ठीक है जी, सिला जी तो डुप्लीकेट मिलूगा तो उन्हें सिला जी ने काम की करना है। ठीक है जी, ये चीजा वो प्रोपर अपन शुद्ध से सही मिल गई तो अपने शरीर फायदा करती। देखो सर हुण आम तुसी देखना बुजुर्गों एक प्रॉब्लम आ जाती है भी गोडे दुखते रहने, गोडिया का मैं जी एक फार्मूला दसूंगा जी बने बनाया। कई बार देखो सर पिछली शो च दस दें भी स्रोते भी सू बना प्रॉब्लम आ जाती, तो मैं अज जी जोड़ा के दर्द का एक बहुत वधिया जी कहते भी नुकता दसूंगा। देखो सर मोरिंगो तो आंजना हरेक बारी मैं यदि जिक्र करदा है, एक मोरिंगो की बनी बनाई बनाई टेबलेट आउंदी है जी, एक टेबलेट मोरिंगो दी जी, एक गोली हड जोड़ गोली आउंदी हिमालय कंपनी बनाउंदी है, कई कंपनियां बनाउंदियां। हड जोड़ एक जी पौधा है, एक बहुत कैल्शियम हुंदा जी, हड्डियां नूं मजबूती दिंदा। एक गोली मोरिंगो दी, एक गोली हड जोड़ दी, एक शलाकी गोली आउंदी बनी बनाई, एक गोली शलाकी दी। ये शलाकी एक गूंद हुंदा जी जिहड़ा शरीर दे जोड़ा विच जिहड़ा अपने लुब्रिकेट घट जांदा जी, शलाकी जोड़ा का ग्लीस बनाउंदा जी। प्रोपर मोरिंगो ने ताकत देनी, हड जो ने कैल्शियम की पूर्ति करनी है, शलाकी ने बनाउणा जी ग्लीस। ये आप तिने गोलियां सवेरे शाम जी बजुर्गों नूं दईए जिन्हां नूं मतलब रहिंदो वी जोड़ा का दर्द रहिंदा है, ते इह सवेरे शाम एक एक गोली मिला के सवेरे शाम दुध नाल इह लई लवो जी, ते नाल महानारायणी तेल बनया बनाया हुंदा उहदी जी गोडे नूं मालिश करो, ब्लड का सर्कुलेशन ठीक रहेगा। जिन्हां दे जोड़ा दर्द रहिंदा है, उठन बैठने तकलीफ रहिंदी है, लुब्रिकेट घट गया जिन्हों कहिंदे ग्रीस घट गया, तां इह तिन्ने चीजां वरतियां जाण जी, ते तेल लाया जावे जी, तां आपां नूं जोड़ां दे दर्द नूं काफी हद तक फायदा हुंदा जी। ते सर इक खाने विच मैं पहलां वी दस्सी गई कच्ची भिंडी दा इस्तेमाल करो। मैं इही पुछण लग्गा सी तुसीं जिहड़ी भिंडी दे बारे दस्सी सी ना गल, ਉਹ ਮੈਂ ਦੱਸਦਾ ਰਿਹਾ ਸੀ ਕਿਸੇ ਨੂੰ ਪਰ ਮੈਨੂੰ ਅੱਧੀ ਕੁ ਪਤਾ ਸੀ, ਮੈਂ ਚਲੋ ਬੈਜ ਜੀ ਨੂੰ ਪੁੱਛਾਂਗੇ ਤੇ ਤੁਸੀਂ ਆਪ ਹੀ ਦੱਸ ਦੀ। ਇਸਤੇਮਾਲ ਕਰਨਾ ਜੀ ਕੱਚੀ ਭਿੰਡੀ, ਕੱਚੀ ਭਿੰਡੀ ਕੱਟ ਕੇ ਤੁਸੀਂ ਆਪਣੇ ਸਵਾਦ ਮੁਤਾਬਕ ਕਾਲਾ ਨਮਕ ਕਾਲਾ
या सेंधा नमक काली मिर्च पा के लुब्रीकेट जिम्मे होंगे मिला के चंगी तरह हौली हौली करके खा सकते हैं लुब्रीकेट बनता जी। ठीक है जी, ग्लीस जो होंगे जी लाल जी कह रहे प्रोपर ग्लीस बना जोड़ा का गांह जी जोड़ा दर्द समस्या में नहीं आती। ठीक है जी, भिंडी का इस्तेमाल किया जाए, कच्चे नारियल का पानी पानी पीता जाए, एक नाल चूने का पानी पीता जाए। चूने का पानी जब मैं ढंग दस दिता चूना तुम्हें की करना जी, एक किलो पानी भी तुम 10 ग्राम चूना लेके घोल देना जी, इन 3 दिन वास्ते रखना, रोज नू 2-3 बारी हिलाई जाना जी, जी। जो 3 दिन पूरे हो गए तो मतलब बचा के उपला उपला जो पानी आ चूने का तुम नतार लो, बिचना लुब्रीकेट जो थले पे उवे रहन दो, पानी सेव करके रखो। वैसे तुम चमचा 2 चमचा आप ही पी सकते हो, बजुर्गो नू पी सकते हैं, तो देखो ये सेफ आज कोई घबराने की गल नहीं, तो इतना जी कैल्शियम ठीक रहेगा, तो जोड़ा का दर्द प्रोपर ठीक रहेगा जी, जी। कैल्शियम की गोलियां खाने की लड़ नहीं जी, चूने का पानी इना कम करता जी। अच्छा जी, अगली बीमारी है जी, देखो कॉमन बीमारी है जी शुगर। जे किसी शुगर हो जाता जी तो मैं अपनी निजी राय दूंगा, जी दवाई थोड़ी चलती है गोली कोई भी चलती है इंजेक्शन चलता उन्होंने चली जा दो, जो ये दवाई न जी शुगर कंट्रोल हो गया फिर वह दवाई घटा दो, क्यों एलोपैथिक दवाई इंसुलिन वगैरह जो लगता नुकसान करता जी अगे जा। मेरी निजी राय है, मैं किसी न मेरी कोशिश है भी मैं चंगी राय देव, नुस्खा चंगा देव जो काम आवे। देखो एक बार दसा नुस्खा जो किसी नोट करते सारी उम्र थोड़े काम आंदा, असर तक जी पता नहीं 15 साल से पता नहीं कितने कितने मत्थे मार मार के किवें किवें वैदा दे मिनटा कर करके फार्मूले हासिल किए। आपां कहिंदे भी चलो जी अपने प्रोग्राम सब नूं फायदा होवे चंगी गल। देखो ये जो मैं फार्मूला दसन लगे प्रोपर बहुत वधिया फार्मूला सेफ है जी। शुगर किसी नूं होवे तां हरड़ तुसीं बड़ी हरड़ आउंदी है बड़ी बड़ी हरड़ बड़ी छोल जिहड़ी लैची हुंदी है उहदे बीज जामण दी गुठली दे जामण दी जिहड़ी गिरी है उह आंवला ये तिने चीजा मैं एक बार फिर चार चीजा थोनू गुणा दिंदा बड़ी हरड़ ठीक है जी बड़ी इलायची के बीज जामण की गुटली आंवला यह तिना का जी सुका पाउडर तुम बराबर ले लो 100 ग्राम ले लो 200 ग्राम ले इन्हें पाउडर बना के रख लो ते 3 टाइम जी चमचा चमचा खादा जाए जो शुगर का मरीज आ एक एक चमचा 3 टाइम खाओ नाल ही शिलाजीत जो मैं दस के हटे हाँ शिलाजीत दिन तो लेकर 4 बूंदा सवेरे शाम वह दुध पा के बरतनी है या जे सुका शिलाजीत मिलता तो काले छोले जिन्हें भी डोज है जी तुम वह दुध ना ले सकते हो सवेरे शाम वह खा सकते हो। एक बनी बनाई दवाई होंगी बसंत कुसमा कर रस बसंत कुसमा कर रस एक गोली आंदी बनी बनाई की एनर्जी लैवल बहुत बधाई है जी ए गोली सवेरे शाम नाल खाओ शिलाजीत खाओ जिहड़ा उपला मैं पाउडर दस्या है यह वरतो तुम जी इन लगातार महीना खा के देख लो महीने च थोड़ी शुगर जी हैगी कंट्रोल होनी शुरू हो जानी है। ठीक है जी ये फायदेमंद नुकसान मैं दस्या जी इन सांभ से रखो जरूरी आ भी ये मिठा आलू चौल जी खट्टी दली चीज आ बंद रखी जाए तो यह तुम वरत के देख लो जी सेफ फार्मूला है जी दवाई चलती चली जाओ जब दवाई ये दवाई चीज कंट्रोल होगी फिर दवाई हौली हौली छोड़ दो जिन तुम जदों तक शुगर कंट्रोल रहा इन खा सकते हो फायदा होगा जी। दूजी गल जी हम बीपी बदन की काफी शिकायत आई है जी बीपी हरेक दे वध है गोलियां खाते खाते उम्र लंघ जाती है जी तो हम बीपी बदन का जी मैं एक नुस्खा दसूंगा जमा ही देसी है जी खसखस तरबूज गिरी जी मगज कह देंगे एक गोल होंगे एक लंबे मगज हां यह होंगे गोल जी ये दोहां जी तुम दैड़ा बना के रख लो कुट तो नहीं होंगे चंगी तरह यह दैड़ा बना के रख लो खसखस बराबर तरबूज की गिरी बराबर जो दैड़ा बना के रख लो जी इन मिला के चंगी तरह मिक्स कर लो एक एक चमचा चब चब के सवेरे शाम खाओ तो जी 5 तुलसी का अर्क आंदा कई कंपनियां बना वो 5 तुलसिया का अर्क होंदा ते नाल ही भी 5 बूंदा या 2 बूंदा पहला 2 बूंदा स्टार्ट करो जी थोड़े जे पानी सवेरे एक टाइम 5 बूंदा 5 तुलसी दियां ते जिहड़ा मैं दस्या खसखस दे तरबूज एक सवेरे शाम चमचा खादा जावे नाल जी एक अर्क हुंदा दरख्त दी छिल आउंदी जी ते नाल दी छिल आपां एक एक चमचा उहदा सवेरे शाम खाइए पाउडर बन जाता हाँ जी हाँ उसका पाउडर बन जाता जी बने बनाए पाउडर भी कई कंपनियां बनाती है कोशिश करो भी तुम आप लेके उन्होंने पीसो तो वधिया गल कंपनी कई मिलावट कर देंगे ठीक है जी ये तिने चीजा तुम जी प्रोपर सही रखते हो खान पीना सही रखते हो देखो तरबूज की गिरी ने की करना जी खसखस ने कैलस्ट्रोल लैवल नहीं बधाना जी
ਜਿਹੜਾ ਖੂਨ ਗਾੜਾ ਹੋ ਜਾਂਦਾ, ਖੂਨ ਗਾੜਾ ਹੋਣ ਨਾਲ ਵੀ ਬੀਪੀ ਵੱਧਦਾ ਜੀ। ਜਿਹੜਾ ਪੰਜ ਤੁਲਸੀ ਹੈ ਜੀ, ਉਹਨੇ ਤੁਹਾਡਾ ਪ੍ਰੋਪਰ ਸਰੀਰ ਦਾ ਡੀਟੌਕਸ ਕਰਨਾ, ਖੂਨ ਦੀ ਸਫਾਈ ਕਰਨੀ ਆ, ਬਲੱਡ ਦੀ ਰੁਕਾਵਟ ਕੋਈ ਆਉਂਦੀ ਉਹ ਨੀ ਪੂਰੀ ਕਰਨੀ। ਅਰਜੁਨ ਨੇ ਜੀ ਆਪਣੇ ਦਿਲ ਨੂੰ ਤਾਕਤ ਦੇਣੀ ਆ, ਤੇ ਜੇ ਜਿਆਦਾ ਕਿਸੇ ਨੂੰ ਲਾ ਲਓ ਸ਼ਾਮ ਨੂੰ ਨੀਂਦ ਨੀ ਆਉਂਦੀ, ਇੱਕ ਸਰਪ ਗੰਧਾ ਘਣ ਬੱਟੀ ਆਉਂਦੀ ਹੈ ਜੀ ਬਣੀ ਬਣਾਈ, ਤੇ ਉਹ ਸ਼ਾਮ ਨੂੰ ਤੁਸੀਂ ਉਹ ਲੈ ਸਕਦੇ ਹੋ, ਦੋ ਗੁਣੇ ਸ਼ਾਮ ਨੂੰ ਪੈਣ ਲੱਗੇ ਉਹ ਲੈ ਲਓ। ਇਹ ਤਿੰਨੇ ਚੀਜ਼ਾਂ ਜੇ ਤੁਸੀਂ ਵਰਤਦੇ ਹੋ ਤਾਂ ਤੁਹਾਡਾ ਬੀਪੀ ਹੌਲੀ ਹੌਲੀ ਤੁਸੀਂ ਦੇਖਿਓ ਜੀ ਕੰਟਰੋਲ ਹੋਣਾ ਸ਼ੁਰੂ ਹੋ ਜਾਣਾ ਜੀ। ਤੁਹਾਨੂੰ ਸਾਰੀ ਉਮਰ ਦਵਾਈ ਖਾਣ ਦੀ ਲੋੜ ਨੀ ਜੀ, ਇਹ ਲਗਾਤਾਰ ਖਾ ਲਓ 3-4 ਮਹੀਨੇ, ਜਾਂ ਥੋੜਾ ਵੱਧ ਵੀ ਖਾਣਾ ਪੈ ਜਾਵੇ ਸੇਫ ਚੀਜ਼ ਆ, ਤੇ ਹੌਲੀ ਹੌਲੀ ਹੋ ਸਕਦਾ ਕਿ ਤੁਹਾਡੀ ਗੋਲੀ ਛੁੱਟ ਜਾਵੇ ਜੀ। ਠੀਕ ਹੈ ਜੀ, ਛੋਟੀ ਜੀ ਬ੍ਰੇਕ ਲੈ ਲਈਏ, ਨਾਲ ਦੀ ਨਾਲ ਹੀ ਆਪਾਂ ਦੁਬਾਰਾ ਫਿਰ ਜੁੜਦੇ ਹਾਂ ਜੀ। ਜ਼ਰੂਰ ਜੀ, ਸਵੈਦ ਵੀਕੇ ਸਿੰਘ ਹੋਰਾਂ ਦੇ ਨਾਲ ਦੋਸਤੋ ਆਪਾਂ ਜੁੜੇ ਹੋਏ ਆ, ਨਾਲ ਦੀ ਨਾਲ ਹੀ ਆਪਾਂ ਫੇਰ ਉਹਨਾਂ ਦੇ ਨਾਲ ਜੁੜ ਜਾਣਾ। ਤੁਸੀਂ ਆਪਣਾ ਕੋਈ ਸਵਾਲ ਕਰਨਾ ਹੋਵੇ ਤਾਂ ਹੁਣ ਲਿਖ ਕੇ ਭੇਜ ਸਕਦੇ ਹੋ ਜਾਂ ਕਾਲ ਕਰ ਸਕਦੇ ਹੋ 1-164-2567-62। ਇੱਕ ਵਾਰ ਫੇਰ ਬੈਜ ਜੀ ਸਵਾਗਤ। ਹੁਣ ਆਪਾਂ ਗਾਹਾਂ ਵਾਲੀ ਗੱਲ ਕਰ ਲਈਏ ਜਿਹੜੀ ਤੁਸੀਂ ਦੱਸਣ ਲੱਗੇ ਸੀ। ਹਾਂਜੀ ਹਾਂਜੀ, ਬੀਪੀ ਬਾਰੇ ਦੱਸੋ ਜੀ, ਮੋਟਾਪਾ ਜ਼ਰੂਰੀ ਹੁੰਦਾ ਕੰਟਰੋਲ ਰੱਖਿਆ ਜਾਵੇ, ਜੇ ਜ਼ਿਆਦਾ ਮੋਟਾਪਾ ਹੋਊਗਾ ਤਾਂ ਬੀਪੀ ਕੰਟਰੋਲ ਹੋਣਾ ਬਹੁਤ ਮੁਸ਼ਕਿਲ ਹੋ ਜਾਂਦਾ ਜੀ। ਠੀਕ ਹੈ ਜੀ, ਤੇ ਹੁਣ ਆਪਾਂ ਗੱਲ ਕਰਾਂਗੇ ਦਿਲ ਦੀ ਬਿਮਾਰੀ। ਤੁਹਾਨੂੰ ਪਤਾ ਵੀ ਹਾਰਟ ਅਟੈਕ, ਨਾੜਾਂ ਬਲੌਕ ਹੋ ਜਾਈਆਂ, ਪਤਾ ਨਹੀਂ ਕੀ ਕੀ ਮਤਲਬ ਆਪਾਂ ਨੂੰ ਸੁਣਨ ਨੂੰ ਮਿਲਦਾ। 5-5, 6-6 ਗੋਲੀਆਂ ਕਈ ਵਾਰ ਖਾਣੀਆਂ ਪੈਂਦੀਆਂ ਜੀ ਦਿਲ ਦੇ ਰੋਗੀਆਂ ਜੀ। ਤੇ ਮੇਰੀ ਡੀਜੀ ਨੂੰ ਇੱਕ ਨਿੱਜੀ ਰਾਏ ਆ ਜੀ, ਭਵਾਕਰ ਬੱਟੀ ਆਉਂਦੀ ਹੈ ਜੀ, ਇੱਕ ਆਯੁਰਵੈਦਿਕ ਦੀ ਮੰਨੀ ਪ੍ਰਮੰਨੀ ਬੱਟੀ ਆ ਭਵਾਕਰ ਬੱਟੀ। ਆਨਲਾਈਨ ਕੋਈ ਵੀ ਸਰਚ, ਬਾਹਰ ਜਿਹੜੇ ਸਰੋਤੇ ਬੈਠੇ ਆ NRI ਬੰਦੇ, ਉਹ ਵੀ ਇਹਦੀ ਸਰਚ ਮਾਰ ਕੇ ਇਹਦੀ ਪੂਰੀ ਡਿਟੇਲ ਪੜ੍ਹ ਸਕਦੇ ਹੋ ਵੀ ਇਹ ਕੀ ਚੀਜ਼ ਆ ਜੀ। ਜੀ, ਜਿਹੜੀ ਭਵਾਕਰ ਬੱਟੀ ਹੈ ਜੀ, ਬੇਸਿਕ ਕਿਸੇ ਨੂੰ ਹਾਰਟ ਅਟੈਕ ਆਇਆ ਹੋਵੇ ਜਾਂ ਹਾਰਟ ਸਪੈਸ਼ਲਿਸਟ ਨੇ ਕੋਈ ਦਵਾਈ ਸਟਾਰਟ ਕੀਤੀ ਹੋਈ ਹੈ, ਉਹਨੂੰ ਉਵੇਂ ਚੜਾਈ ਹੈ। ਠੀਕ ਹੈ ਜੀ, ਤੁਸੀਂ ਕੀ ਕਰਨਾ ਜੀ, ਭਵਾਕਰ ਬੱਟੀ ਦਾ ਕੋਈ ਨੁਕਸਾਨ ਨਹੀਂ, ਸੇਫ ਚੀਜ਼ ਹੈ ਜੀ। ਭਵਾਕਰ ਬੱਟੀ ਸਵੇਰੇ ਸ਼ਾਮ 1-1 ਗੋਲੀ ਖਾਣੀ ਹੈ ਜੀ, ਨਾਲ ਅਰਜੁਨ ਦਾ ਪਾਊਡਰ ਤੇ ਖਸਖਸ ਦਾ ਜਿਹੜਾ ਮੈਂ ਤੁਹਾਨੂੰ ਦੱਸਿਆ ਮਿਸ਼ਰਣ ਬਣਾ ਕੇ, ਉਹ ਤਿੰਨੇ ਚੀਜ਼ਾਂ ਵਰਤਣੀਆਂ ਜੀ। ਤੁਸੀਂ ਦੇਖਿਓ ਜੀ ਹਾਰਟ ਬਲੋਕੇਜ, ਬੀਪੀ ਵਧਣਾ ਜਾਂ ਦਿਲ ਦੀ ਕੋਈ ਵੀ ਬਿਮਾਰੀ ਵਿੱਚ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਣਾ ਜੀ, ਤਿੰਨੇ ਚੀਜ਼ਾਂ ਤੁਸੀਂ ਮਹੀਨਿਆਂ ਤੋਂ ਵਰਤ ਕੇ ਦੇਖ ਲਈ ਜੀ। ਇੱਕ ਕਾਲਰ ਸੱਜਣ ਨੇ ਜੀ ਆਪਣੇ ਨਾਲ, ਆਪਾਂ ਉਹਨਾਂ ਨੂੰ ਨਾਲ ਲੈ ਲਈਏ, ਕੀ ਕਹਿਣਾ ਚਾਹੁੰਦੇ ਨੇ ਜਾਣਦੇ ਹਾਂ। ਹਾਂਜੀ ਸਵਾਗਤ, ਹੈਲੋ ਹੈਲੋ, ਹਾਂਜੀ ਬਾਈ ਜੀ, ਹੈਲੋ, ਹਾਂਜੀ ਸਵਾਗਤ ਜੀ, ਮੈਂ ਜੀ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ। ਹਾਂਜੀ ਸਰ, ਮੈਂ ਰੁਪਿੰਦਰ ਬੋਲਦਾ ਜੀ, ਆਪਣਾ USA ਤੋਂ ਜੀ। ਬਾਈ ਜੀ, ਅਸੀਂ ਸਰ ਟਰੱਕ ਡਰਾਈਵਰ ਆ, ਤੇ ਬੀਪੀ ਤਾਂ ਪ੍ਰੋਬਲਮ ਹਰ ਇੱਕ ਨੂੰ ਹੀ ਆ ਮੋਸਟਲੀ, ਤੁਹਾਨੂੰ ਪਤਾ ਹੀ ਹੈ ਜੀ। ਤੇ ਪਰ ਜਿਹੜਾ ਡਾਕਟਰ ਸਾਹਿਬ ਨੇ ਹੁਣੇ ਨੁਸਖਾ ਦੱਸਿਆ ਨਾ ਖਸਖਸ ਵਾਲਾ, ਉਹਨਾਂ ਨੂੰ ਇਹ ਪੁੱਛਿਓ ਪਲੀਜ਼ ਵੀ ਖਸਖਸ ਕੌਫੀ ਪੀ ਦਿੰਦੇ ਆ ਜਦੋਂ ਸਾਡਾ ਡਰੱਗ ਟੈਸਟ ਹੁੰਦਾ, ਉਹਦੇ ਵਾਸਤੇ ਕੋਈ ਪ੍ਰੋਬਲਮ ਤਾਂ ਨੀ ਹੈਗੀ ਸਰ? ਅਗਰ ਉਹ ਲਈਏ ਤਾਂ ਜੀ ਅਸੀਂ ਉਹਦੇ ਵਿੱਚ ਤਾਂ ਕੋਈ ਉਹਦੇ ਇਸ਼ੂਜ਼ ਨਾ ਹੀ ਆਣਗੇ ਨਾ ਡਰੱਗ ਟੈਸਟ ਦੇ ਵਿੱਚ? ਮੇਰੇ ਖਿਆਲ ਚ ਤਾਂ ਨੀ ਹੋਣੇ ਚਾਹੀਦੇ ਜੀ। ਮੇਰਾ ਕੁਐਸਚਨ ਸੀਗਾ ਜੀ ਜੀ, ਦੱਸਿਓ ਜੀ ਵੈਦ ਜੀ, ਹਾਂਜੀ ਪਲੀਜ਼ ਪੁੱਛ ਕੇ ਦੱਸ ਦਿਓ। ਹਾਂਜੀ 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 ਹਾਂਜੀ, ਸੁਣ ਲਈ ਤੁਹਾਡੀ ਗੱਲ, ਉਹਨਾਂ ਨੇ ਦੱਸ ਦਿਆ ਉਹ ਫਿਰ ਸੁਣਿਓ। ਹਾਂਜੀ, ਬਿਲਕੁਲ ਵੀ ਇਹਦਾ ਕੋਈ ਟੈਸਟ ਵਿੱਚ ਨਹੀਂ ਆਊਗਾ ਜੀ। ਉਹ ਤਾਂ ਜਿਹੜਾ ਕਹਿੰਦੇ ਡੋਡੇ ਖਾਂਦੇ ਆ ਉਹ ਆ ਸਕਦਾ, ਇਹਦਾ ਜਿਹੜਾ ਉਪਲਾ ਭਾਗ ਆ ਨਾ ਜੀ, ਜਿਹੜਾ ਬਾਹਰਲਾ ਹੁੰਦਾ ਉਹਦੀ ਆ ਸਕਦੇ, ਪਰ ਇਹਦੇ ਖਸਖਸ ਦਾ ਕੋਈ ਵੀ ਨੀ ਆਉਂਦੀ, ਇੱਕ ਪ੍ਰੋਪਰ ਫੂਡ ਹੋ ਗਿਆ ਜੀ, ਬਿਲਕੁਲ ਨੀ ਆਊਗਾ ਜੀ। ਬੇਫਿਕਰ ਹੋ ਕੇ ਬਰਤਨ ਤਰਬੂਜ ਦੀ ਜਿੱਥੇ ਖਸਖਸ ਦੇ ਬੀਜ ਜਿਹੜੇ ਆਪਾਂ ਵਰਤਦੇ ਆਮ ਵੀ ਘਰਾਂ ਚ ਖਾਂਦੇ ਤੇ ਪਹਿਲਾਂ ਵਰਤਦੇ ਤੇ ਪੁਰਾਣੇ ਬਜ਼ੁਰਗ ਵਰਤਦੇ, ਕੋਈ ਨਸ਼ਾ ਨੀ ਹੈ ਜੀ। ਠੀਕ ਆ ਜੀ, ਹੁਣ ਨਸ਼ਾ ਪਤਾ ਕਦੋਂ ਬਣਦਾ? ਜਦ ਇਹਨੂੰ ਸੁੱਕਾ ਸੁੱਕਾ ਪਾ ਕੇ ਘੋੜ ਕੇ ਬਣਾ ਦਿੰਦੇ, ਉਹਨੂੰ ਕਹਿੰਦੇ ਗਲਾਸੀ ਪੀ ਲਾ, ਉਹਨੂੰ ਕਹਿੰਦੇ ਨਸ਼ਾ। ਵੈਸੇ ਕੋਈ ਨਸ਼ਾ ਨੀ ਹੈਗਾ ਜੀ, ਕੋਈ ਘਬਰਾਉਣ ਦੀ ਲੋੜ ਨੀ, ਇਹਨੂੰ ਆਪਾਂ ਬੇਫਿਕਰ ਕੇ ਵਰਤੋ ਜੀ, ਕਿਸੇ ਟੈਸਟ ਵਿੱਚ ਨੀ ਆਊਗਾ ਜੀ। ਅੱਛਾ ਜੀ, ਆਪਾਂ ਗੱਲ ਕਰਦੇ ਦਿਲ ਦੀ ਬਿਮਾਰੀ, ਇੱਥੇ ਰੁਕਿਓ ਜੀ ਮਾੜਾ ਜਿਹਾ ਕੰਮ। ਇੱਕ ਹੋਰ ਮੇਰੇ ਕੋਲ ਮੈਸੇਜ ਆਇਆ ਪਿਆ ਬਾਈ ਜੀ, ਹੋਰ ਕਹਿੰਦੇ ਕਿ ਵਾਈਫ ਨੂੰ ਐਲਰਜੀ ਹੈ, ਮਾਰਨਿੰਗ ਟਾਈਮ ਨੱਕ ਚੋਂ ਪਾਣੀ ਡਿੱਗਦਾ ਤੇ ਛਿੱਕਾਂ ਵੀ ਮਾਰਦੇ ਆ। ਨਾਲ ਹੀ ਇੱਕ ਹੋਰ ਸਵਾਲ ਆਪਾਂ ਉਹਨਾਂ ਵੀ ਕਾਲਰ ਸੱਜਣਾ ਜਿਹੜੇ ਇਹਨਾਂ ਨੂੰ ਵੀ ਸ਼ਾਮਲ ਕਰ ਲਈਏ, ਫਿਰ ਆਪਾਂ ਇਕੱਠੇ ਹੀ ਜਵਾਬ ਦੇ ਦਿਓ। ਹਾਂਜੀ ਸਵਾਗਤ, ਹਾਂਜੀ ਵੈਦ ਸਾਹਿਬ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਵੈਦ ਸਾਹਿਬ ਨੇ ਗੱਲ ਪੁੱਛਣੀ ਸੀ, ਖਸਖਸ ਇੱਥੇ ਚਿੱਟੀ ਨੀ ਮਿਲਦੀ ਅਮਰੀਕਾ ਦੇ ਵਿੱਚ, ਇੱਕ ਉਹ ਨੀਲੇ ਰੰਗ ਦੀ, ਕਾਲੇ ਰੰਗ ਦੀ, ਏਦਾਂ ਦੀ ਹੁੰਦੀ ਹੈ ਕੋਸ਼ਿਸ਼ ਕਰੋ ਜੀ, ਚਿੱਟੀ ਖਸ ਸੇਫ ਹੁੰਦੀ ਹੈ ਜੀ, ਜਿਹੜਾ ਸਾਡਾ ਨਿੱਜੀ ਤਜਰਬਾ ਸੀ, ਆਪਣੀ ਦਵਾਈ ਖਸ ਚਿੱਟੀ ਪਾਉਂਦੀ ਹੈ ਜਿਹੜੀ ਸਫੇਦ ਹੁੰਦੀ, ਕੋਸ਼ਿਸ਼ ਕਰੋ ਵੀ ਮਿਲ ਜਾਵੇ ਤਾਂ ਚੰਗੀ ਗੱਲ, ਨਹੀਂ ਤਾਂ ਕੋਈ ਨਾ ਕੋਈ ਇੰਡੀਆ ਦੇ ਕਿਸੇ ਟਾਈਮ ਤਾਂ ਆਉਂਦਾ, ਇਕੱਠੀ ਮੰਗਾ ਕੇ ਰੱਖ ਲੈ ਲੋ, ਇਹ ਕੋਈ ਖਰਾਬ ਨੀ ਹੁੰਦੀ ਜੀ, ਕੋਸ਼ਿਸ਼ ਕਰੋ ਜੀ। ਪਰ ਮੈਂ ਦੇਖਿਆ ਕਿ ਪੋਸਟ
ਜਿਹੜਾ ਮਿਲਦਾ ਨਾ ਇਧਰੋਂ ਹਜੂਰ ਸਾਹਿਬ ਵਾਲੇ ਪਾਸਿਓਂ ਲੋਕ ਲੈ ਕੇ ਆਉਂਦੇ ਉਹਦੀ ਖਸਖਸ ਹੁੰਦੀ ਸੀ ਸਿੱਧੀ ਉਹ ਕਹਿੰਦੇ ਕਿ ਕਾਲੀ ਖਸਖਸ ਚ ਨਸ਼ਾ ਹੁੰਦਾ ਹੈ। ਇੱਕ ਅਗਲੇ ਸਰੋਤੇ ਵੀ ਹੈ ਜੀ ਸਾਡੇ ਨਾਲ, ਇਹਨਾਂ ਨੂੰ ਵੀ ਜਾਣਦੇ। ਹਾਂਜੀ ਸਵਾਗਤ, ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਡਾਕਟਰ ਸਾਹਿਬ ਨਾਲ ਗੱਲ, ਮੈਂ ਡਾਕਟਰ ਸਾਹਿਬ ਨਾਲ ਗੱਲਬਾਤ ਕਰ ਸਕਾਂ? ਹਾਂ ਬਿਲਕੁਲ, ਨਾਲ ਹੈ ਜੀ, ਤੁਸੀਂ ਮੇਰਾ ਨਾਮ, ਮੇਰਾ ਨਾਮ ਸੁੱਖ ਗਿਆ ਤੇ ਉਮਰ ਮੇਰੀ 45 ਸਾਲ ਜੀ, ਤੇ ਮੈਨੂੰ ਨਾ ਕਈ ਚੌਥੇ ਜਾਂ ਪੰਜਵੇਂ ਮਹੀਨੇ ਦੋ ਮਹੀਨੇ ਦੇ ਵਿੱਚ ਤਿੰਨ ਵਾਰੀ ਮੈਨੂੰ ਘਬਰਾਹਟ ਜੀ ਹੋਈ, ਮਤਲਬ ਇਕਦਮ ਪਹਿਲਾਂ ਮੈਨੂੰ ਯੰਗਲ ਪਾਣੀ ਕਰਨ ਤੋਂ ਬਾਅਦ 10 ਮਿੰਟ ਲਾਉਣਾ ਪਿਆ ਤੇ ਮੈਨੂੰ ਗਰਮੀ ਲੱਗਣੀ ਸ਼ੁਰੂ, ਤਰੇਨੇ ਨਹੀਂ ਆਈਆਂ, ਤੇ ਇਕਦਮ ਮੈਨੂੰ ਘਬਰਾਹਟ ਹੋਈ ਤੇ ਮੈਂ ਫਿਰ ਉਹ ਆਪਣੀ ਘਰ ਵਾਲੇ ਕਿਹਾ, ਮੈਨੂੰ ਲੱਗਦਾ ਹਾਰਟ ਦੀ ਪ੍ਰੋਬਲਮ, ਹਾਰਟ ਅਟੈਕ ਹੋਇਆ ਜੀ। ਤੇ ਮੈਂ ਉਸੇ ਟਾਈਮ ਐਂਬੂਲੈਂਸ ਨੂੰ ਕਾਲ ਕੀਤੀ, ਉਹਨਾਂ ਨੇ ਆ ਕੇ ਮੈਨੂੰ ਹਸਪਿਟਲ ਲੈ ਗਏ, ਫਿਰ ਉਹਨੇ ਮੇਰੀ ਈਕੇਜੀ ਸੀ 4 ਵਾਰੀ ਕੀਤੀ, ਮੇਰੇ ਬਲੱਡ ਟੈਸਟ ਵੀ ਕੀਤੇ, ਮੇਰਾ ਸਾਰਾ ਕੁਝ ਨਾਰਮਲ ਆਇਆ। ਉਦੋਂ ਬਾਅਦ ਫਿਰ ਮੈਂ, ਹਾਂਜੀ, ਫਿਰ ਮੇਰੇ ਟ੍ਰੈਡਮਿਲ ਟੈਸਟ ਵੀ ਹੋਇਆ ਮੇਰਾ ਹਾਰਟ ਦਾ, ਮੈਂ ਕਿਹਾ ਸਾਰਾ ਕੁਝ ਨਾਰਮਲ ਏ, ਪਰ ਜਦੋਂ ਮੈਨੂੰ ਸ਼ਾਮ ਨੂੰ ਆਪਣੀ ਖਾਣ ਪੀਣ ਦੀ ਵਜ੍ਹਾ ਦੇ ਨਾਲ ਮੈਂ ਸ਼ਰਾਬ ਤਾਂ ਨਹੀਂ ਪੀਂਦਾ ਹੈਗਾ, ਮੈਨੂੰ ਘਬਰਾਹਟ ਜੀ ਹੌਲੀ ਹੌਲੀ ਤਿੰਨ ਚਾਰ ਅਟੈਕ ਹੋਏ ਘਬਰਾਹਟ ਦੇ, ਉਦੋਂ ਬਾਅਦ ਮੈਂ ਨਾਰਮਲ ਹੋ ਗਿਆ, ਹੁਣ ਹੋਏ ਤੇ ਨਹੀਂ ਹੈ। ਮੇਰਾ ਜਦ ਸਮੇਂ ਤੇ ਕੁਝ ਖਾਲਾ ਤੇ ਭਾਰਾ ਰਹਿੰਦਾ ਹੀ ਛਾਤੀ, ਉਹਨਾਂ ਨੇ ਕਿਹਾ ਤੈਨੂੰ ਹਾਰਟ ਦੀ ਕੋਈ ਪ੍ਰੋਬਲਮ ਨਹੀਂ ਆਇਆ, ਮੈਂ ਟ੍ਰੀਟਮੈਂਟ ਟੈਸਟ ਸਾਰੇ ਟੈਸਟ ਹੋ ਗਏ ਅਮਰੀਕਾ ਦੇ ਵਿੱਚ ਜਿੰਨੇ ਵੀ ਸੀ, ਸਭ ਨਾਰਮਲ ਹੈਗਾ ਤੇਰਾ, ਬਿਲਕੁਲ ਨਾਰਮਲ ਹੈ। ਡਾਕਟਰ ਸਾਹਿਬ ਪੁੱਛ ਕੇ ਦੱਸਿਓ ਕੀ ਹੋ ਸਕਦਾ ਜੀ? ਸੁਣੋ ਜੀ, ਉਹ ਫਿਰ ਇੱਕ ਸਵਾਲ ਹੋਰ ਹੈ ਮੇਰੇ ਕੋਲੇ, ਆਪਾਂ ਸਾਰੇ ਫਿਰ ਇਕੱਠੇ ਨਿਬੇੜਦੇ ਹਾਂ, ਕਾਲ ਹੁਣ ਨਹੀਂ ਲਵਾਂਗੇ। ਇੱਕ ਇਹ ਦੱਸੋ ਕਿ ਡੋਡੇ ਹੈ ਉਹ ਖੂਨ ਦੇ ਵਿੱਚ ਕਿੰਨੇ ਦਿਨ ਉਹਨਾਂ ਦਾ ਅਸਰ ਰਹਿੰਦਾ ਜੇ ਡਰੱਗ ਟੈਸਟ ਉੱਥੇ ਕਰਾਉਣਾ ਹੀ ਪੈਂਦਾ? ਦੇਖੋ ਸਰ, ਕਈ ਜਿਹੜੇ ਹੁਣ ਜਿਆਦਾ ਲੰਬੇ ਖਾਂਦੇ ਆ ਤੇ ਉਹਨਾਂ ਦਾ ਆਉਣਾ ਹੀ ਆਉਣਾ ਜੀ, ਠੀਕ ਹੈ ਜੀ, ਉਹ ਤਾਂ ਬਲੱਡ ਚ ਹਾਂ ਬਲੱਡ ਚ ਰਚ ਜਾਂਦਾ। ਵੈਸੇ ਜੇ ਕਦੇ ਕਦੇ ਖਾਂਦੇ ਤਾਂ ਘੱਟ ਤੋਂ ਘੱਟ ਦੋ ਹਫ਼ਤੇ ਅਸਰ ਰਹਿ ਸਕਦਾ, ਇਹਦੇ ਉੱਪਰ ਨਹੀਂ ਅਸਰ ਰਹਿੰਦਾ ਜੀ, ਠੀਕ ਹੈ ਜੀ। ਦੇਖੋ ਆਪਣਾ ਸਰੀਰ ਡੀਟੌਕਸ ਹੁੰਦਾ ਰਹਿੰਦਾ, ਸਰੀਰ ਨਿਕਲਦਾ ਰਹਿੰਦਾ, ਸਰੀਰ ਦਾ ਮਤਲਬ ਕਿਰਿਆ ਇਹੋ ਜਿਹੀ ਆ, ਨਿਕਲਦਾ ਰਹਿਣਾ, ਸਰੀਰ ਚ ਸਾਫ਼ ਹੁੰਦਾ ਹੀ ਰਹਿੰਦਾ ਸਰੀਰ ਜੀ। ਅੱਛਾ, ਹੁਣ ਜਿਹੜੇ ਵੀਰ ਜੀ ਮਤਲਬ ਦੱਸ ਕੇ ਗਏ ਤੇ ਗੱਲ, ਇਹ ਦੇਖੋ ਸਰ, ਇਹਨਾਂ ਨੂੰ ਕਹੋ ਵੀ ਜੇ ਹਾਰਟ ਦੀ ਬਿਮਾਰੀ ਨਹੀਂ ਹੈ ਵੀ ਤਾਂ ਇਹ ਪਤਾ ਕੀ ਹੈ ਜੀ, ਹੈਪਰ ਐਕਟੀਵਿਟੀ ਹੈ, ਇਹਨੂੰ ਕਹਿੰਦੇ ਵੀ ਗੰਦਾ ਤੇਜ਼ਾਬ ਅੰਦਰ ਜੰਮ ਜਾਂਦਾ, ਉਹ ਖੱਟਾ ਪਰ ਇੰਨਾ ਜੰਮ ਜਾਂਦਾ ਉਹ ਘਬਰਾਹਟ ਪੈਦਾ ਕਰ ਦਿੰਦਾ, ਹਾਜ਼ਮੇ ਦਾ ਸਹੀ ਨਹੀਂ ਹੋਣਾ ਉਹ ਘਬਰਾਹਟ ਚ ਮੰਨਿਆ ਜਾਂਦਾ। ਇਹਨਾਂ ਨੂੰ ਮੈਂ ਇੱਕ ਨਿੱਜੀ ਰਾਏ ਦਊਂਗਾ, ਇਹ ਮੈਨੂੰ ਬਾਅਦ ਚ ਫੋਨ ਕਿਉਂ, ਮੈਂ ਦੇਖੋ 5 ਮਿੰਟ ਰਹਿ ਗਏ, ਮੈਂ ਦੋ ਕੁ ਫਾਰਮੂਲੇ ਜਰੂਰੀ ਦੱਸਣੇ, ਮੈਂ ਫਟਾਫਟ ਦੱਸ ਦਿੰਦਾ। ਅਭੀ ਪੱਤੀਕਰ ਚੂਰਨ ਤੇ ਇੱਕ ਕਾਮ ਦੁੱਧ ਦਾ ਰਸ ਗੋਲੀ ਹੈ ਜੀ, ਕਾਮ ਦੁੱਧ ਦਾ ਰਸ ਤੇ ਇੱਕ ਅਭੀ ਪੱਤੀਕਰ ਚੂਰਨ, ਅਭੀ ਪੱਤੀਕਰ ਚੂਰਨ ਰੋਟੀ ਤੋਂ ਪਹਿਲਾਂ ਚਮਚਾ ਸਵੇਰੇ ਤੇ ਚਮਚਾ ਸ਼ਾਮ ਨੂੰ 5 ਵਜੇ, ਠੀਕ ਹੈ ਜੀ। ਕਾਮ ਦੁੱਧ ਦਾ ਰਸ 2 ਗੁਣੀਆਂ ਸਵੇਰੇ 2 ਗੁਣੀਆਂ ਸ਼ਾਮ ਨੂੰ, ਉਵੇਂ ਉਸੇ ਚੂਰਨ ਨਾਲ ਜੇ 15 ਦਿਨ ਵਰਤਣੇ, ਇਹਨਾਂ ਨੂੰ ਆਪਣੇ ਆਪ ਹੀ ਪਤਾ ਲੱਗਣਾ ਜਿਹੜਾ ਵੀ ਹਾਂ ਘਬਰਾਹਟ ਕਿੱਥੇ ਗਈ, ਠੀਕ ਹੈ ਜੀ, ਤੇ ਜਲਣ ਕਿੱਥੇ ਗਈ, ਜੋ ਵੀ ਆਪਾਂ ਉਹਨੂੰ ਪਾਚਨ ਕਿਰਿਆ ਦੀ ਖਰਾਬੀ ਨਾਲ ਇਹ ਸਾਰੇ ਇਹਨੂੰ ਰੋਗ ਹੋ ਰਹੇ ਆ। ਜਦੋਂ ਅਚਾਨਕ ਖੱਟਾਪਨ ਬਣਦਾ ਪਚਦਾ ਨੀ, ਉਹ ਗਵਾਰ ਜਾ ਬਣ ਜਾਂਦਾ, ਉਹਦੇ ਨਾਲ ਘਬਰਾਹਟ ਹੁੰਦੀ, ਇਹ ਇਹਨਾਂ ਵਾਸਤੇ ਜ਼ਰੂਰੀ ਹੈ ਵੀ ਇਹ ਵਰਤਣ ਜ਼ਰੂਰ ਜੀ, ਬਾਕੀ ਮੈਨੂੰ ਪਰਸਨਲੀ ਕਾਲ ਕਰ ਸਕਦੇ ਆ ਜੀ। ਇੱਕ ਜਿਹੜਾ ਮੇਰੇ ਕੋਲ ਪਹਿਲਾ ਸਵਾਲ ਸੀਗਾ ਜੀ, ਕਿਉਂ ਬਾਈ ਜੀ ਹੋਣਾ ਦੇ ਵਾਈਫ ਨੂੰ ਐਲਰਜੀ ਹੈ, ਨੱਕ ਚੋਂ ਪਾਣੀ ਡਿੱਗਦਾ ਤੇ ਛਿੱਕਾਂ ਵੀ ਮਾਰਦੇ ਆ ਸਵੇਰੇ ਸਵੇਰੇ? ਹਾਂਜੀ, ਇਹਦੇ ਵਾਸਤੇ ਮੈਂ ਜੀ ਇੱਕ ਫਾਰਮੂਲਾ ਦੱਸਣ ਲੱਗਾ, ਥੋੜਾ ਜਲਦੀ ਜਲਦੀ ਨੋਟ ਕਰਨਾ, ਟਾਈਮ ਥੋੜਾ ਘੱਟ ਆ ਜੀ। ਦੇਖੋ, ਛੋਟੇ ਬਦਾਮ ਜਿਹੜੇ ਗੁਰਬੰਦੀ ਬਦਾਮ ਕਹਿੰਦੇ, ਇੱਕ ਬੜਾ ਬਦਾਮ ਹੁੰਦਾ ਛੋਟੇ, ਛੋਟੇ ਬਦਾਮ, ਕਾਲੀਆਂ ਮਿਰਚਾਂ, ਮਗਜ ਦੇ ਖਰਬੂਜੇ ਦੇ ਜਿਹੜੇ ਲੰਬੇ ਹੁੰਦੇ ਆ, ਖਸਖਸ, ਇਹ ਸਾਰੀਆਂ 20-20 ਗ੍ਰਾਮ ਲੈ ਕੇ ਇਹਦਾ ਪਾਊਡਰ ਬਣਾ ਲੈਣਾ ਜੀ, ਠੀਕ ਆ ਜੀ। ਉਹਦੇ ਵਿੱਚ ਬੂਰਾ ਖਾਂਡਾ ਹੁੰਦੀ ਹੈ ਜਿਹਨੂੰ ਕਹਿੰਦੇ ਦੇਸੀ ਖੰਡ, 50 ਗ੍ਰਾਮ ਮਿਲਾ ਕੇ ਚੰਗੀ ਤਰ੍ਹਾਂ ਦਾ ਮਿਕਸ ਬਣਾ ਕੇ ਰੱਖ ਲੈਣਾ, ਚਮਚਾ ਚਮਚਾ ਸਵੇਰੇ ਸ਼ਾਮ ਦੁੱਧ ਨਾਲ ਲੈਣਾ ਜੀ ਲਗਾਤਾਰ, ਤੇ ਨੱਕ ਵਿੱਚ ਪਾਉਣਾ ਜੀ ਬਦਾਮ ਰੋਗਣ ਪਾਰੋ ਜਾਂ ਗਾਂ ਦਾ ਘੀ, ਪਿਓਰ ਗਾਂ ਦਾ ਘੀ, 2-2 ਬੂੰਦ ਦੋਹਾਂ ਨੱਕਾਂ ਚ ਪਾ ਕੇ ਸਵੇਰੇ ਸ਼ਾਮ ਪਾਓ, ਤੇ ਆਹ ਫਾਰਮੂਲਾ ਜਿਹੜਾ ਮੈਂ ਦੱਸਿਆ ਬਰਤਨ ਤਾਂ ਇਹਨਾਂ ਨੂੰ ਸਿੱਖਾਂ ਤੋਂ ਨਿਜਾਤ ਮਿਲੂਗੀ ਜੀ, ਆਰਾਮ ਵੀ ਹੋਜੂਗਾ ਜੇ ਇਹ ਪਰਹੇਜ਼ ਰੱਖੋ ਜਨਾਬ ਜੀ। ਹੋਰ ਕੁਸਚਨ ਜੀ? ਕੋਈ ਕੁਸਚਨ? ਕੋਈ ਨੀ ਜੀ, ਹੁਣ ਤਾਂ ਕਲੋਜ਼ਿੰਗ ਤੇ ਆਪਾਂ, ਤੁਸੀਂ ਹੁਣ ਦੱਸੋ ਕਿਹੜਾ ਨੁਸਖਾ ਦੱਸ ਰਹੇ? ਜੋ ਆਪਾਂ ਦੱਸਦੇ ਜੀ ਗਦੂਦਾਂ ਦਾ, ਠੀਕ ਹੈ ਜੀ, ਕਿਸੇ ਦੇ ਗਦੂਦ ਵੱਧ ਜਾਣ ਤਾਂ ਇਹ ਫਾਰਮੂਲਾ ਨੋਟ ਕਰਨ ਜੀ, ਗਦੂਦਾਂ ਦੀ ਤੁਹਾਨੂੰ ਪਤਾ ਬਾਰ ਬਾਰ ਪਿਸ਼ਾਬ ਜਾਂਦਾ, ਕਈ ਪ੍ਰੋਬਲਮਾਂ ਹੋ ਜਾਂਦੀਆਂ, ਉਹਦੇ ਵਿੱਚ ਦੇਖੋ ਜੌਂ ਖਾਰ, ਕਲਮੀ ਸੋਰਾ, ਬੰਸ ਲੋਚਨ, ਇਹ ਤਿੰਨੇ ਚਾਹ 100-100 ਗ੍ਰਾਮ ਜੀ, ਬੜੀ ਇਲਾਇਚੀ ਦੇ ਬੀਜ 30 ਗ੍ਰਾਮ, ਨਿੰਬੂ ਦਾ 7-10 ਗ੍ਰਾਮ ਜੀ, ਇਹ ਲੈ ਕੇ ਇੱਕ ਤੁਸੀਂ ਮਿਕਸਰ ਬਣਾ ਲਓ ਤੇ 1-1 ਚਮਚਾ ਲੱਸੀ ਨਾਲ, ਕੱਚੀ ਲੱਸੀ ਨਾਲ ਸਵੇਰੇ ਸ਼ਾਮ ਲਾਓ, ਤਾਂ ਇਹਦੇ ਨਾਲ ਜੀ ਤੁਹਾਡਾ ਜਿਹੜਾ ਗਦੂਦਾਂ ਦੀ ਬਿਮਾਰੀ ਆ, ਪਿਸ਼ਾਬ ਦੀ ਰੁਕਾਵਟ ਆ, ਬਿਲਕੁਲ ਠੀਕ ਹੋਊਗੀ, ਠੀਕ ਆ ਜੀ। ਇੱਕ ਤਾਂ ਇਹ ਨੁਸਖਾ ਜੀ, ਤੇ ਦੂਜਾ ਜੇ ਇਹ ਨੀ ਹੈਗਾ ਤਾਂ ਤੁਸੀਂ ਭਖੜਾ ਜਿਹਨੂੰ ਕਹਿੰਦੇ ਗੋਖਰੂ,
ਉਹਦਾ ਪਾਊਡਰ ਬਣਾ ਕੇ ਰੱਖ ਲਓ ਜੀ। ਇੱਕ ਪੁਨਰਵਾ ਆਨਲਾਈਨ ਮਿਲ ਜਾਂਦਾ ਜਿਹਦੇ ਵਰਲਡ ਜੀ ਜਿੱਥੋਂ ਮਰਜ਼ੀ ਮੰਗਾ ਸਕਦੇ ਆ। ਪੁਨਰਵਾ ਤੇ ਭਖੜਾ ਇਹ ਦੋਹੇ ਚੀਜ਼ਾਂ 100-100 ਗ੍ਰਾਮ ਲੈ ਕੇ ਪਾਊਡਰ ਬਣਾ ਕੇ ਰੱਖ ਲਓ। ਚਮਚਾ ਸਵੇਰੇ ਸ਼ਾਮ ਇਹ ਖਾਓ ਤੇ ਜਿਹੜੀ ਪਿਸ਼ਾਬ ਦੀ ਰੁਕਾਵਟ ਆ, ਜਿਹੜੇ ਗਰੂਬਾਂ ਦੀ ਪ੍ਰੋਬਲਮ ਹੁੰਦੀ ਉਹ ਬਹੁਤ ਹੱਦ ਤੱਕ ਇਹਨਾਂ ਠੀਕ ਹੁੰਦੀ ਹੈ। ਠੀਕ ਹੈ ਜੀ। ਸਰ ਇਹ ਤਾਂ ਮੇਰੇ ਫਾਰਮੂਲੇ, ਜੇ ਤਾਂ ਟਾਈਮ ਬਚਦਾ ਇੱਕ ਅੱਧਾ ਫਾਰਮੂਲਾ ਦੱਸ ਦਿੰਦਾ, ਨਹੀਂ ਤਾਂ ਸਮਾਂ ਤਾਂ ਆਪਣੇ ਕੋਲੇ ਪੂਰਾ ਜੀ ਤੇ ਹਾਂਜੀ ਉਹਦੇ ਚ ਆਪਾਂ ਅਗਲੀ ਗੱਲ ਕਰਾਂਗੇ ਆਉਣ ਵਾਲੇ ਦਿਨਾਂ ਚ, ਕਿਉਂਕਿ ਹੁਣ ਅਗਲੇ ਹਫ਼ਤੇ ਆਪਾਂ ਗਾਂ ਜਾਵਾਂਗੇ ਤੇ ਹੁਣ ਤਾਂ ਨੰਬਰ ਹੀ ਦੱਸਿਆ ਜਾ ਸਕਦਾ। ਹਾਂਜੀ, ਇੰਡੀਆ ਦਾ ਨੰਬਰ ਆ ਜੀ ਮੇਰਾ 9872610005, ਇਹ ਇੰਡੀਆ ਦਾ ਨੰਬਰ ਆ ਜੀ। ਤੁਸੀਂ ਇੰਡੀਆ ਦੇ ਹਿਸਾਬ ਨਾਲ 9 ਤੋਂ ਲੈ ਕੇ 5 ਵਜੇ ਤੱਕ ਜੇ ਕੋਈ ਸਲਾਹ ਲੈਣੀ ਮੈਨੂੰ ਫੋਨ ਕਰ ਸਕਦੇ ਜੀ। ਬਹੁਤ ਮਿਹਰਬਾਨੀ ਜੀ, ਬਹੁਤ ਧੰਨਵਾਦ। ਧੰਨਵਾਦ ਜੀ। ਇਹ ਸੀ ਵੈਦ ਵੀਕੇ ਸਿੰਘ, 9872610005 ਇਹਨਾਂ ਦਾ ਨੰਬਰ ਹੈ, ਕਾਲ ਕਰਕੇ ਜੁੜ ਸਕਦੇ ਹੋ। ਕਿਉਂਕਿ ਜਿਹੜੀ ਕੋਸ਼ਿਸ਼ ਹੈ ਸਾਡੀ ਉਹ ਇਹ ਹੈ ਕਿ ਤੁਹਾਡੀ ਸਿਹਤ ਸੱਚੀ ਸਿਹਤਯਾਬ ਹੋਵੇ ਤੇ ਇਸ ਕਰਕੇ ਇਹੋ ਜਿਹੇ ਯਤਨ ਅਸੀਂ ਕਰਦੇ ਰਹਿੰਦੇ ਹਾਂ ਤੁਹਾਡੇ ਸਾਰਿਆਂ ਦੇ ਵਾਸਤੇ। ਵੈਦ ਵੀਕੇ ਸਿੰਘ ਹੋਵੇ ਜਾਂ ਕੋਈ ਹੋਰ ਸ਼ਖਸੀਅਤ ਹੋਣ, ਉਹਨਾਂ ਦਾ ਆਪਾਂ ਜ਼ਿਕਰ ਕਰਦੇ ਰਹਿੰਦੇ ਹਾਂ। ਸੋ ਇਹ ਸੀ ਸਾਡਾ ਪਹਿਲਾ ਸੈਗਮੈਂਟ, ਅਗਲੇ ਸੈਗਮੈਂਟ ਦੇ ਵਿੱਚ ਫਿਰ ਮਿਲਦੇ ਹਾਂ। ਬ੍ਰੇਕ ਤੋਂ ਬਾਅਦ ਸੁਣਦੇ ਰਹੋ ਰੇਡੀਓ ਚੰਨ ਪਰਦੇਸੀ।